ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਫਤਿਹ ਦੀ ਗੱਲ ਲੈ ਕੇ ਇੱਕ ਵਾਰ ਫਿਰ ਹਾਜ਼ਰ ਹੋ ਗਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹੁੰਦੇ ਹਾਂ ਜਿਹੜੇ ਸਾਡੇ ਆਲੇ ਦੁਆਲੇ ਸਰਗਰਮ ਹੋਣ। ਸੋ ਜੇਕਰ ਸਰਗਰਮ ਮੁੱਦਿਆਂ ਦੀ ਗੱਲ ਕਰੀਏ ਤਾਂ ਇੱਕੋ ਇੱਕ ਇਸ ਵੇਲੇ ਮੁੱਦਾ ਪੰਜਾਬ, ਭਾਰਤ ਜਾਂ ਫਿਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੁਨੀਆਂ 'ਚ ਵਸਣ ਵਾਲੇ ਜਿੰਨੇ ਵੀ ਲੋਕ ਨੇ ਜੋ ਭਾਰਤ ਜਾਂ ਫਿਰ ਪੰਜਾਬ ਦੇ ਨਾਲ ਸੰਬੰਧ ਰੱਖਦੇ ਆ, ਉਹ ਸੁਣਨਾ ਚਾਹੁੰਦੇ ਨੇ ਤੇ ਕਿਸਾਨੀ ਮੁੱਦੇ ਦੇ ਉੱਤੇ ਕਿ ਆਖਿਰ ਕਿਸਾਨੀ ਮੋਰਚਾ ਜਿਹੜਾ ਹੈ ਉਹ ਕਿੱਥੇ ਤੱਕ ਪਹੁੰਚ ਚੁੱਕਿਆ, ਕਿੰਨੀਆਂ ਕੁ ਪ੍ਰਾਪਤੀਆਂ ਹੋਈਆਂ, ਕੀ ਪਾਇਆ ਤੇ ਕੀ ਖੋਲਿਆ ਸੀ। ਸੋ ਹਰ ਇੱਕ ਦਾ ਧਿਆਨ ਜੇ ਕਹੀਏ ਕਿ ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨੀ ਮੋਰਚੇ ਦੇ ਉੱਤੇ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇਸੇ ਹੀ ਆਪਾਂ ਕਹਿ ਲਈਏ ਕਿ ਇਸੇ ਟੌਪਿਕ ਦੇ ਉੱਤੇ ਹੀ ਗੱਲਬਾਤ ਜਿਹੜੀ ਹੈ ਉਹ ਕਰ ਰਹੀ ਹੈ। ਤੇ ਤੁਸੀਂ ਸਾਰੇ ਜਾਣਦੇ ਹੋ ਜੀ ਕਿ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਖਾਸ ਪੱਤਰਕਾਰ ਅਵਤਾਰ ਸਿੰਘ ਜੀ ਜੁੜਦੇ ਹੁੰਦੇ ਨੇ ਜੋ ਸਾਨੂੰ ਬਹੁਤ ਹੀ ਡੂੰਘਾਈ ਦੇ ਵਿੱਚ ਜਾ ਕੇ ਹਰ ਗੱਲ ਜਿਹੜੀ ਹੈ ਉਹਨੂੰ ਸਮਝਾਉਂਦੇ ਨੇ ਤੇ ਹਰ ਇੱਕ ਗੱਲ ਦਾ ਨਿਚੋੜ ਕੱਢਦੇ ਕਿ ਖਬਰ ਕਿਸ ਤਰ੍ਹਾਂ ਮਿਲੀ ਹੈ, ਸਾਨੂੰ ਕਿੱਥੇ ਤੱਕ ਪਹੁੰਚੀ ਹੈ ਤੇ ਹੋਣੀ ਕਿਸ ਤਰ੍ਹਾਂ ਚਾਹੀਦੀ ਸੀ। ਸੋ ਜੇ ਅੱਜ ਆਪਾਂ ਕਿਸਾਨੀ ਮੁੱਦੇ ਦੀ ਗੱਲ ਕਰੀਏ ਤਾਂ ਮੌਕੇ ਦੇ ਉੱਤੇ ਕਿਹੋ ਜਿਹੇ ਹਾਲਾਤ ਨੇ ਅਸੀਂ ਉਹਨਾਂ ਦੇ ਕੋਲੋਂ ਜਾਣਨਾ ਹੈ। ਪਰ ਉਸ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਫਤਿਹ ਦੀ ਸਾਂਝ ਪਾ ਕੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਣਾ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਅਵਤਾਰ ਸਿੰਘ ਜੀ, ਜੇ ਹੁਣ ਦੀ ਗੱਲ ਕਰੀਏ ਆਪਾਂ ਸ਼ੁਰੂਆਤ ਦੇ ਵਿੱਚ, ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸੀਏ ਕਿ ਇਹੋ ਜਿਹੇ ਹਾਲਾਤ ਜਿਹੜੇ ਇਸ ਵੇਲੇ ਦਿੱਲੀ ਮੋਰਚੇ ਦੇ ਨੇ, ਤੁਸੀਂ ਕੀ ਸਮਝਦੇ ਹੋ ਇਹੋ ਜਿਹੇ ਹਾਲਾਤਾਂ ਤੋਂ ਜੋ ਅੱਜ ਦੀ ਸਿਚੁਏਸ਼ਨ ਹੈ, ਜੇਕਰ ਅੱਜ ਤੱਕ ਦੀ ਗੱਲ ਕਰਨੀ ਹੋਵੇ, ਕਿਵੇਂ ਸਮਝਦੇ ਹੋ ਕਿਸਾਨੀ ਮੋਰਚਾ ਜਿਹੜਾ ਹੈ ਉਹ ਕਿੱਥੇ ਕਾਫੀ ਖੜਾ ਹੋਇਆ? ਹਾਂਜੀ, ਕਿਸਾਨੀ ਮੋਰਚੇ ਦਾ ਹੁਣ ਜਦੋਂ ਇੰਨੇ 3 ਮਹੀਨੇ ਬਾਅਦ ਆਪਾਂ ਇੱਕ ਕਿਸੇ ਥਾਂ ਤੇ ਪਹੁੰਚ ਗਏ ਹੋਏ ਆ, ਉਹਨੇ 2 ਤਰ੍ਹਾਂ ਦੇ ਵਿਸ਼ਲੇਸ਼ਣ ਆ ਜਿਹੜੇ ਸਾਹਮਣੇ ਆਉਂਦੇ ਆ। ਜੇ ਆਪਾਂ ਜਸਟ ਇਹਨੂੰ ਕਿਸਾਨੀ ਮੋਰਚੇ ਵੱਲ ਦੇਖੀਏ ਤਾਂ ਮੋਰਚੇ ਦੇ ਸੰਦਰਭ ਵਿੱਚ ਕਿਹਾ ਜਾ ਸਕਦਾ ਵੀ ਮੋਰਚੇ ਨੇ ਆਪਣੀ ਚੜ੍ਹਤ ਹੰਢਾ ਲਈ ਆ, ਪੀਕ ਹੰਢਾ ਚੁੱਕਿਆ ਮੋਰਚਾ। ਅੱਛਾ, ਉਹ ਜਿਹੜੀ ਪੀਕ ਸੀ 26 ਤਰੀਕ ਤੋਂ ਪਹਿਲਾਂ ਤੱਕ ਉਹਦੀ ਪੀਕ ਸੀ, ਉਹਦੀ ਚੜ੍ਹਾਈ ਸੀ, ਹਰ ਪਾਸਿਓਂ ਚੜ੍ਹਾਈ ਸੀ, ਕੌਮਾਂਤਰੀ ਤੌਰ ਤੇ ਲੋਕਾਂ ਦੇ ਯੋਗਦਾਨ ਬਦਲੇ ਜਾਂ ਹੋਰ ਜਿੰਨਾ ਵੀ, ਕਿਉਂਕਿ ਪੰਜਾਬ ਤੋਂ ਆਪਾਂ ਦੇਖ ਰਹੇ ਸੀ ਪਰਿਵਾਰਾਂ ਨੇ ਪਰਿਵਾਰ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਲੱਗ ਗਏ ਸੀ। ਸੋ ਇੱਕ ਤਰ੍ਹਾਂ ਨਾਲ ਉਹ ਇੱਕ ਜਿਹੜੀ ਪੀਕ ਸੀ ਉਹ ਮੋਰਚੇ ਨੇ ਹੰਢਾ ਲਈ, ਔਰ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਫਿਰ ਜਿਸ ਤਰ੍ਹਾਂ ਦਾ ਲੀਡਰਸ਼ਿਪ ਦਾ ਰੋਲ ਰਿਹਾ ਹਨਾ, ਸੋ ਜਿਹੜੀ ਹੁਣ ਨਿਵਾਣਾ ਵੱਲ ਆ ਰਿਹਾ ਨਾ ਮੋਰਚੇ ਦਾ ਸਿਸਟਮ, ਉਹ ਲੋਕਾਂ ਦੇ ਯੋਗਦਾਨ ਪੱਖੋਂ ਨਹੀਂ ਆ ਰਿਹਾ, ਉਹ ਮੋਰਚੇ ਦੀ ਲੀਡਰਸ਼ਿਪ ਦੀਆਂ ਜਿਹੜੀਆਂ ਗਲਤੀਆਂ ਨੇ ਔਰ ਜਿਹੜੀਆਂ ਵਜੂਦ ਸਮੋਈਆਂ ਕਮਜ਼ੋਰੀਆਂ ਨੇ ਖੱਬੇ ਪੱਖੇ ਲੀਡਰਸ਼ਿਪ ਦੀਆਂ, ਉਹਦੇ ਕਰਕੇ ਜਿਹੜਾ ਮੋਰਚਾ ਹੁਣ ਆਪਣੀ ਪੀਕ ਹੰਢਾਉਣ ਤੋਂ ਬਾਅਦ ਹੁਣ ਨਿਵਾਣਾ ਵੱਲ ਆ। ਸੋ ਹਰੇਕ ਸੰਘਰਸ਼ ਆ ਜਿਹੜਾ ਉਹ ਆਪਣੀ ਪੀਕ ਹੰਢਾਉਂਦਾ ਤੇ ਪੀਕ ਤੋਂ ਬਾਅਦ ਨਿਵਾਣਾ ਵੱਲ ਜਾਂਦਾ ਹੈਗਾ। ਸੋ ਹਾਲ ਦੀ ਘੜੀ ਤਕਨੀਕੀ ਤੌਰ ਤੇ ਸਿਰਫ ਮੋਰਚੇ ਦੇ ਪੱਖ ਤੋਂ ਅਸੀਂ ਕਹਿ ਸਕਦੇ ਹਾਂ ਵੀ ਮੋਰਚਾ ਹੈਗਾ ਜਿਹੜਾ ਉਹ ਇੱਕ ਨਿਵਾਣ ਵੱਲ ਹੈ, ਉਹ ਲੀਡਰਸ਼ਿਪ ਦੀਆਂ ਗਲਤੀਆਂ ਕਾਰਨ ਆ। ਬੇਸ਼ੱਕ ਲੀਡਰਸ਼ਿਪ ਸਿੱਖ ਨੌਜਵਾਨਾਂ ਤੇ ਦੋਸ਼ ਲਾ ਕੇ ਆਪ ਬਲੀ ਹੋਣ ਦਾ ਯਤਨ ਕਰ ਰਹੀ ਹੈ, ਪਰ ਹੁਣ ਜਿਉਂ ਜਿਉਂ ਖਬਰਾਂ ਸਾਹਮਣੇ ਆ ਰਹੀਆਂ ਨੇ, ਪਰਤਾਂ ਖੁੱਲ ਰਹੀਆਂ ਨੇ, ਜਿਉਂ ਜਿਉਂ ਲੀਡਰਸ਼ਿਪ ਤੇ ਨਿਸ਼ਾਨੇ ਤਿੱਖੇ ਲੱਗ ਰਹੇ ਨੇ, ਚਾਰੇ ਪਾਸਿਓਂ ਸਿੱਖ ਨੌਜਵਾਨਾਂ ਨੇ ਜਿਸ ਤਰ੍ਹਾਂ ਲੀਡਰਸ਼ਿਪ ਨੂੰ ਘੇਰਿਆ ਤੇ ਲੀਡਰਸ਼ਿਪ ਹੁਣ ਬੈਕਫੁੱਟ ਹੋ ਗਈ ਆ, ਉਹ ਤੋਂ ਸਮਝ ਆਉਂਦਾ ਹੈਗਾ ਵੀ ਮੋਰਚੇ ਦੀਆਂ ਜੇ ਪੀਕ ਤੋਂ ਬਾਅਦ ਨਿਵਾਣਾ ਆਈਆਂ ਨੇ ਤਾਂ ਉਹ ਨੌਜਵਾਨਾਂ ਦੇ ਯੋਗਦਾਨ ਪੱਖੋਂ ਜਾਂ ਉਹਨਾਂ ਦੀਆਂ ਕਾਰਵਾਈਆਂ ਪੱਖੋਂ ਨਹੀਂ ਆਈਆਂ, ਇਹ ਜਿਹੜੀ ਕਿਸਾਨ ਲੀਡਰਸ਼ਿਪ ਆ ਉਹਦੀ ਜਿਸ ਤਰ੍ਹਾਂ ਕਮਜ਼ੋਰੀਆਂ ਪੱਖੋਂ ਆਈਆਂ। ਇਹ ਮੋਰਚੇ ਨੂੰ ਚਲਾਉਣ ਬਾਰੇ ਜਿਹੜਾ ਸੰਦਰਭ ਹੈਗਾ, ਜਿਹੜੀ ਤੁਸੀਂ ਪਹਿਲਾਂ ਗੱਲ ਕਰੀ ਹੈਗੀ ਵੀ ਕੀ ਪ੍ਰਾਪਤੀਆਂ ਹੋਈਆਂ, ਉਹ ਪ੍ਰਾਪਤੀਆਂ ਜਿਹੜੀਆਂ ਇੱਕ ਸਿੱਖ ਨੌਜਵਾਨਾਂ ਦੇ ਤੌਰ ਤੇ ਜਾਂ ਪੰਜਾਬ ਦੇ ਤੌਰ ਤੇ ਸਾਨੂੰ ਸਭ ਤੋਂ ਵੱਡੀ ਪ੍ਰਾਪਤੀ ਇਹ ਹੋਈ ਆ ਵੀ ਸਾਡਾ ਨੌਜਵਾਨ ਜਾਗ ਪਿਆ ਹੋਇਆ, ਸਾਨੂੰ ਜੇ ਸਭ ਤੋਂ ਵੱਡੀ ਮੋਰਚੇ ਦੀਆਂ ਮੰਗਾਂ ਮੰਨੀਆਂ ਜਾਣ ਜਾਂ ਨਾ ਮੰਨੀਆਂ ਜਾਣ, ਸਾਨੂੰ ਹੁਣ ਇਹਦੇ ਨਾਲ ਇੰਨਾ ਵੱਡਾ ਸਰੋਕਾਰ ਨਹੀਂ, ਵੱਡਾ ਸਰੋਕਾਰ ਤਾਂ ਸਾਡੀ ਜਵਾਨੀ ਜਾਗ ਪਈ ਆ। ਜਿਹੜੀ ਜਵਾਨੀ ਦੇ ਅਸੀਂ ਦੋਸ਼ ਲਾਉਂਦੇ ਸੀ, ਸਾਨੂੰ ਸ਼ੰਕਾ ਹੋ ਗਿਆ ਸੀ ਜਿਹੜੀ ਜਵਾਨੀ ਦੇ, ਉਹਨੇ ਸਾਰੇ ਧੋਣੇ ਧੋ ਦਿੱਤੇ ਆਪਣੇ ਹਨਾ, ਔਰ ਜਿਸ ਦ੍ਰਿੜਤਾ ਨਾਲ, ਜਿਸ ਦਲੇਰੀ ਨਾਲ, ਜਿਸ ਡਿਸਿਪਲਨ ਨਾਲ ਔਰ ਜਿੰਨੇ ਬੰਦੇ ਸਿੱਖੀ ਦੇ ਜਜ਼ਬੇ ਨਾਲ ਤੇ ਖਾਲਸਾ ਪੰਥ ਦੇ ਇਤਿਹਾਸ ਨਾਲ ਜੁੜ ਕੇ ਉਹਨੇ ਕਾਰਵਾਈਆਂ ਕਰੀਆਂ, ਸੋ ਇਹ ਸਾਡੇ ਲਈ ਮਾਣ ਵਾਲੀ ਗੱਲ ਆ। ਸੋ ਮੋਰਚੇ ਦੀ ਵੱਡੀ ਪ੍ਰਾਪਤੀ ਇਹ ਹੈਗੀ ਆ ਵੀ ਸਾਡੀ ਜਵਾਨੀ ਨੇ ਜਿਹੜੀ ਜਾਗਰਤੀ ਆ ਜਿਹੜੀ 30-35 ਸਾਲ ਪਹਿਲਾਂ ਆਈ ਸੀ, ਉਹ ਦੁਬਾਰੇ ਉਸ ਜਾਗਰਤੀ ਦੇ ਰੌਂ ਵਿੱਚ ਹੁਣ ਜਿਸ ਤਰ੍ਹਾਂ ਮਹਿਰਾਜ ਵਿੱਚ ਰੈਲੀ ਹੋਈ ਆ ਜਾਂ ਥਾਂ ਥਾਂ ਨੌਜਵਾਨਾਂ ਦੀ ਰਿਹਾਈ ਲਈ ਆਪਣੇ ਤੌਰ ਤੇ ਜਿਹੜੇ ਸਿੱਖ ਨੌਜਵਾਨ ਨੇ ਉਹ ਰੈਲੀਆਂ ਕਰ ਰਹੇ ਨੇ, ਮੁਜ਼ਾਹਰੇ ਕਰ ਰਹੇ ਨੇ, ਉਹਨਾਂ ਤੋਂ ਸਾਨੂੰ ਸਪਸ਼ਟ ਹੁੰਦਾ ਵੀ ਰਾਜਨੀਤਿਕ ਚੇਤਨਾ ਔਰ ਇਤਿਹਾਸ ਨਾਲ ਜੁੜ ਕੇ ਜਿਹੜੀ ਰਾਜਨੀਤਿਕ ਚੇਤਨਾ ਆਈ ਆ। ਸੋ ਇਸ ਕਿਸਾਨੀ ਮੋਰਚੇ ਦੀ ਸਿੱਖਾਂ ਲਈ ਤੇ ਪੰਜਾਬ ਲਈ ਇਹ ਵੱਡੀ ਪ੍ਰਾਪਤੀ ਆ ਵੀ ਉਹਨੇ ਨੌਜਵਾਨੀ ਦੇ ਮਨ ਵਿੱਚ
ਆਪਣੇ ਵਿਰਸੇ ਲਈ ਜਿਹੜੀ ਜਾਗਰਤੀ ਲਿਆ ਦਿੱਤੀ ਹੈ। ਬਿਲਕੁਲ ਬਿਲਕੁਲ, ਵਾਕਿਆ ਇਹ ਬਹੁਤ ਵੱਡੀ ਗੱਲ ਤੁਸੀਂ ਕਹੀ ਹੈ ਕਿ ਪੰਜਾਬ ਦੀ ਜਵਾਨੀ ਜਾਗ ਚੁੱਕੀ ਹੈ, ਜਿਹੜੀ ਨਸ਼ੇ ਕਰਕੇ ਬਹੁਤ ਵਾਰ ਬਦਨਾਮ ਕੀਤੀ ਜਾਂਦੀ ਸੀ, ਜਾਂ ਫਿਰ ਇਹ ਕਹਿ ਦਿੱਤਾ ਜਾਂਦਾ ਸੀ ਵੀ ਇਹਨਾਂ ਦੇ ਵਿੱਚ ਹੁਣ ਪਹਿਲੇ ਵਾਲੀ ਜਿਹੜੀ ਛਿਣਕ ਹੈ ਉਹ ਨਹੀਂ ਰਹੀ। ਪੰਜਾਬ ਜਿਹੜਾ ਹੈ ਤਕਰੀਬਨ ਜਿਹੜਾ ਸੰਤਾਪ ਹੰਡਾਇਆ ਆਪਾਂ, ਉਸ ਤੋਂ ਬਾਅਦ ਕਹਿੰਦੇ ਵੀ ਉਹ ਸਾਰੀ ਜਿਹੜੀ ਅਣਖ ਹੈ ਉਹ ਖਤਮ ਹੋ ਗਈ ਹੈ। ਪਰ ਇਹ ਗੱਲ ਵਾਕਿਆ ਹੀ ਬਹੁਤ ਵੱਡੀ ਜਿਹੜੀ ਤੁਸੀਂ ਦੱਸੀ ਹੈ ਕਿ ਬੈਰੀਕੇਡ ਤੋੜ ਕੇ ਬੋਰੇ ਸੋਰੇ ਹਾਲ ਦੇ ਜਟਾਰੇ ਲਾ ਕੇ ਦਿੱਲੀ ਨੂੰ ਘੇਰ ਲੈਣਾ, ਤੇ ਇਹ ਪੰਜਾਬੀਆਂ ਦੇ ਹਿੱਸੇ ਆਇਆ। ਇਤਿਹਾਸ ਵੀ ਦੇਖ ਲਈਏ ਤੇ ਕਰੰਟ ਸਿਚੁਏਸ਼ਨ ਵੀ ਜੇਕਰ ਆਪਾਂ ਦੇਖ ਲਈਏ ਤੇ ਅੱਜ ਪੰਜਾਬ ਦਾ ਨੌਜਵਾਨ ਵਾਕਿਆ ਜਾਗ ਚੁੱਕਿਆ, ਇਤਿਹਾਸ ਬਾਰੇ ਪੜ੍ਹ ਰਿਹਾ, ਉਹ ਸਾਰੀ ਗੱਲਬਾਤ ਜਿਹੜੀ ਹੈ ਉਹ ਹੋ ਰਹੀ ਹੈ। ਮਹਿਰਾਜ ਦਾ ਇਕੱਠ, ਵਾਕਿਆ ਤੁਸੀਂ ਬੜੀ ਇਹ ਵੀ ਗੱਲ ਜਿਹੜੀ ਕੀਤੀ ਹੈ ਕਿ ਮਹਿਰਾਜ ਦਾ ਇਕੱਠ ਆਪ ਮੁਹਾਰੇ ਸੀ ਨੌਜਵਾਨੀ ਕਰਕੇ। ਸੋ ਨੌਜਵਾਨੀ ਨੇ ਸੱਦਾ ਦਿੱਤਾ ਸੀ ਤੇ ਨੌਜਵਾਨੀ ਉੱਥੇ ਹੈ, ਵੱਡੀ ਤਾਦਾਦ ਦੇ ਵਿੱਚ ਢੁਕੀ ਵੀ ਹੈ। ਸੋ ਅੱਜ ਜੇਕਰ ਭਾਈ ਉਤਾਰ ਸਿੰਘ ਜੀ ਇਹ ਪ੍ਰਾਪਤੀਆਂ ਦੀ ਆਪਾਂ ਗੱਲ ਕਰ ਲਈਏ, ਠੀਕ ਹੈ, ਬੜੀ ਵੱਡੀ ਪ੍ਰਾਪਤੀ ਸਾਡੀ ਹੈ। ਦੂਸਰੇ ਨੰਬਰ ਤੇ ਜਿਹਨਾਂ ਤਿੰਨ ਬਿੱਲਾਂ ਨੂੰ ਲੈ ਕੇ ਇਹ ਮੋਰਚਾ ਜਿਹੜਾ ਹੈ ਦਿੱਲੀ ਤੱਕ ਪਹੁੰਚਿਆ ਸੀ, ਉਹਨਾਂ ਬਿੱਲਾਂ ਦੇ ਵਾਸਤੇ ਜਿਹੜੀ ਹੈ ਉਹਦੇ ਵਿੱਚ ਕਿੰਨੇ ਕੁ ਪਰਸੈਂਟ ਤੁਸੀਂ ਲੱਗਦੇ ਹੋ, ਤੁਹਾਨੂੰ ਲੱਗਦਾ ਕਿ ਅਸੀਂ ਪਹੁੰਚ ਚੁੱਕੇ ਹਾਂ ਨੇੜੇ, ਮਤਲਬ ਕਿ ਆਉਣ ਵਾਲੇ ਦਿਨਾਂ ਚ ਹੋ ਸਕਦਾ ਵੀ ਸਰਕਾਰ ਮੰਨ ਲਵੇ ਜਾਂ ਫਿਰ ਇਹਨੂੰ ਲਟਕਾਇਆ ਜਾ ਸਕਦਾ? ਨਹੀਂ, ਹਾਲੇ ਸਰਕਾਰ ਮੰਨਣ ਦੇ ਰਾਮ ਵਿੱਚ ਨਹੀਂ ਹੈ। ਸਰਕਾਰ ਨੂੰ ਲੱਗਦਾ ਵੀ ਸਾਡੇ ਤੇ ਕੋਈ ਦਬਾਅ ਨਹੀਂ ਹੈ, ਹਨਾ। ਸੋ ਸਰਕਾਰ ਨੂੰ ਆਪਣੇ ਤੇ ਭਰੋਸਾ ਹੀ ਬਹੁਤ ਆ। ਵੈਸੇ ਕਿਸੇ ਵੀ ਇਹ ਹੁੰਦਾ ਵੀ ਕੋਈ ਵੀ ਲੀਡਰ ਇੰਨਾ ਭਰੋਸੇ ਨਾਲ ਕੰਮ ਕਰੇ, ਹਨਾ, ਵੀ ਉਹ ਕਿਸੇ ਦੂਸਰੀ ਕੌਮ ਲਈ ਤਾਂ ਇੱਕ ਤਰ੍ਹਾਂ ਨਾਲ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਆ। ਪਰ ਜਿਸ ਕਿਸਮ ਦੇ ਜਮਹੂਰੀ ਢਾਂਚੇ ਵਿੱਚ ਅਸੀਂ ਰਹਿ ਰਹੇ ਹਾਂ, ਜਿਸ ਤਰ੍ਹਾਂ ਕੌਮਾਂਤਰੀ ਤੌਰ ਤੇ ਇਸ ਮੋਰਚੇ ਦੇ ਹੱਕ ਵਿੱਚ ਆਵਾਜ਼ਾਂ ਉੱਠੀਆਂ, ਉੱਥੇ ਭਾਰਤ ਦੇ ਹਾਕਮਾਂ ਨੂੰ ਇਹਨਾਂ ਮੋਰਚੇ ਨੂੰ ਚਲਾਉਣ ਵਾਲੇ ਲੋਕਾਂ ਦੀ ਜਿਹੜੀ ਗੱਲ ਆ ਸੁਣਨੀ ਚਾਹੀਦੀ ਸੀ। ਪਰ ਹਾਲ ਦੀ ਘੜੀ ਨਹੀਂ ਲੱਗਦਾ ਵੀ ਉਹਨਾਂ ਦੇ ਕੰਨਾਂ ਤੇ ਜੋ ਸਰਕੀ ਹੋਈ ਹੈ। ਸੋ ਕਿਸੇ ਵੀ ਤਰ੍ਹਾਂ ਆਈਵਨ ਅੱਜ ਬਲਵੀਰ ਸਿੰਘ ਰਾਜੇਵਾਲ ਨੇ ਇੱਕ ਭਰੇ ਮਨ ਨਾਲ ਇਹ ਕਹਿ ਦਿੱਤਾ ਹੋਇਆ ਵੀ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਦੇ ਰਾਹ ਵਿੱਚ ਨਹੀਂ ਹੈ, ਹਨਾ, ਤੇ ਹੁਣ ਸਾਨੂੰ ਕੋਈ ਹੋਰ ਜਿਹੜੀ ਯੁੱਧ ਨੀਤੀ ਆ ਉਹ ਬਣਾਉਣੀ ਪਊਗੀ। ਸੋ ਸਾਡਾ ਵੀ ਇਹ ਪਹਿਲੇ ਦਿਨ ਤੋਂ ਹੀ ਮੰਨਣਾ ਸੀਗਾ ਵੀ ਉਹਨਾਂ ਨੇ ਇਹ ਮੰਨਣਾ ਨਹੀਂ ਹੈ, ਬਹੁਤ ਘੱਟ ਚਾਂਸਸ ਹੈਗੇ ਆ ਵੀ ਉਹ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਉਹ ਮੰਨਣਗੇ, ਕਿਉਂਕਿ ਉਹਨਾਂ ਦੀ ਹਉਮੈ ਤੇ ਹੈਂਕੜ ਆ ਜਿਹੜੀ ਉਹ ਸਾਰੀ ਟੁੱਟ ਜਾਂਦੀ ਆ। ਜਿਹੜੀ ਉਹਨਾਂ ਨੇ ਦਹਿਸ਼ਤ ਦਾ ਇੱਕ ਸਾਈਕਲ ਬਣਾਇਆ ਹੋਇਆ ਨਾ, ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਵੀ ਅਸੀਂ ਦਹਿਸ਼ਤ ਨਾਲ ਰਾਜਨੀਤੀ ਕਰਦੇ ਹਾਂ। ਸੋ ਉਹ ਜਿਹੜੀ ਦਹਿਸ਼ਤ ਦਾ ਮਾਹੌਲ ਆ ਉਹ ਸਾਰਾ ਟੁੱਟ ਜਾਂਦਾ, ਇਸ ਕਰਕੇ ਸਰਕਾਰ ਮੰਗਾਂ ਨਹੀਂ ਮੰਨੇਗੀ। ਸੋ ਜਿਹੜੀ ਆਪਾਂ ਮੋਰਚੇ ਦੀ ਪੀਕ ਵਾਲੀ ਗੱਲ ਕਹੀਏ ਵੀ ਜਦੋਂ 26 ਜਨਵਰੀ ਤੋਂ ਪਹਿਲਾਂ ਤੱਕ ਮੋਰਚੇ ਦੀ ਪੀਕ ਇਹ ਸੀ ਵੀ ਅਮਿਤ ਸ਼ਾਹ ਨੇ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਉਹ ਕਹਿ ਦਿੱਤਾ ਸੀਗਾ ਵੀ ਤੁਸੀਂ ਸਾਰੀ ਜਿਹੜੀ ਮਠਿਆਈ ਹੈ ਡੱਬੇ ਚੋਂ ਕੱਢ ਲਓ, ਸਾਡੇ ਕੋਲ ਖਾਲੀ ਡੱਬਾ ਰਹਿਣ ਦਿਓ, ਹਨਾ, ਜਦੋਂ ਉਹ ਸੀਗਾ ਵੀ ਤੁਸੀਂ ਜਿੰਨੀਆਂ ਮਰਜ਼ੀ ਸੋਧਾਂ ਕਰਾ ਲਓ। ਸੋ ਉਸ ਵੇਲੇ ਲੀਡਰਸ਼ਿਪ ਆ ਜੇ ਉਹ ਸੋਧਾਂ ਕਰਵਾ ਲੈਂਦੀ ਜਾਂ ਕਿਸ ਤਰ੍ਹਾਂ ਕਰ ਲੈਂਦੀ, ਹਨਾ, ਪਰ ਉਸ ਵੇਲੇ ਮੋਦੀ ਸਰਕਾਰ ਹਾਰ ਚੁੱਕੀ ਸੀ, ਕਿਉਂਕਿ ਮੋਦੀ ਸਰਕਾਰ ਦੀ ਪਹਿਲੀ ਸਭ ਤੋਂ ਵੱਡੀ ਹਾਰ ਸੀ ਪਿਛਲੇ 7-8 ਸਾਲਾਂ ਵਿੱਚ, ਜਦੋਂ ਉਹਨਾਂ ਨੇ ਇਹ ਪੇਸ਼ਕਸ਼ ਕਰੀ ਸੀ ਵੀ ਤੁਸੀਂ ਜਿੰਨੀਆਂ ਮਰਜ਼ੀ ਸੋਧਾਂ ਕਰਾ ਲਓ ਵੀ ਸਾਡੇ ਕੋਲ ਜਿਸ ਤਰ੍ਹਾਂ ਇੱਕ ਡੱਬਾ ਰਹਿਣ ਦਿਓ। ਸੋ ਉਹ ਹਾਰ ਸੀ, ਉਹ ਤੋਂ ਬਾਅਦ ਹਾਲਾਤ ਬਦਲੇ, ਸਰਕਾਰ ਕੋਲ ਆਪਣਾ ਬਹੁਤ ਕੁਛ ਹੁੰਦਾ, ਉਹਨਾਂ ਦਾ ਉਹਨਾਂ ਦਾ ਮੀਡੀਆ, ਉਹਨਾਂ ਦਾ IT ਸੈੱਲ ਆ, ਉਹਨਾਂ ਨੇ ਦਹਿਸ਼ਤ ਪਾਉਣ ਦਾ ਜਿਹੜਾ ਕਾਰਜ ਆ ਜਾਂ ਲੰਬਾ ਲਟਕਾ ਕੇ ਲੋਕਾਂ ਵਿੱਚ ਨਿਰਾਸ਼ਤਾ ਪੈਦਾ ਕਰਨੀ, ਸੋ ਉਹਦੇ ਵਿੱਚ ਉਹ ਹਾਲ ਦੀ ਘੜੀ ਕਾਮਯਾਬ ਹੋਏ ਨੇ। ਪਰ ਜੇ ਮੋਰਚੇ ਦੀ ਲੀਡਰਸ਼ਿਪ ਹੁਣ ਵੀ ਸਿਆਣੀ ਤੇ ਸੁਹਿਰਦ ਹੋਵੇ, ਜਿਹੜੀ ਯੋਗ ਲੀਡਰਸ਼ਿਪ ਹੁੰਦੀ ਆ ਨਾ ਉਹ ਵੈਰੀ ਦਾ ਮੂੰਹ ਭੰਨ ਦਿੰਦੀ ਹੁੰਦੀ ਆ, ਕਹਿੰਦੇ ਹੁੰਦੇ ਵੀ ਹਾਲਾਤ ਦਾ ਰੁੱਖ ਬਦਲਣ ਲਈ ਯੋਗ ਲੀਡਰਸ਼ਿਪ ਜਿਹੜੀ ਬਹੁਤ ਕਮਾਲ ਦਾ ਰੋਲ ਨਿਭਾਉਂਦੀ ਆ। ਜੇ ਹੁਣ ਲੀਡਰਸ਼ਿਪ ਦੀ ਯੋਗਤਾ ਦਾ ਅਗਲੀ ਪਰਖ ਸਾਹਮਣੇ ਆਈ ਆ ਵੀ ਜਦੋਂ ਹਵਾ ਤੁਹਾਡੇ ਖਿਲਾਫ ਹੋਵੇ ਉਦੋਂ ਹਵਾ ਦਾ ਰੁੱਖ ਦੁਸ਼ਮਣ ਦੇ ਖਿਲਾਫ ਕਰਨ ਵਿੱਚ ਲੀਡਰਸ਼ਿਪ ਕਿੰਨੀ ਕੁ ਕਾਮਯਾਬ ਹੁੰਦੀ ਆ। ਇੱਥੋਂ ਹੀ ਕਿਸੇ ਸਿਆਣੀ ਲੀਡਰਸ਼ਿਪ ਦੀ ਜਿਹੜੀ ਜਿਹੜੀ ਉਹ ਹੈ ਯੋਗਤਾ ਉਹ ਪਰਖੀ ਜਾਂਦੀ ਆ। ਜੇ ਹੁਣ ਕਿਸਾਨ ਮੋਰਚੇ ਦੀ ਲੀਡਰਸ਼ਿਪ ਹਲੇ ਵੀ ਆਪਣੀਆਂ ਗਲਤੀਆਂ ਮੰਨ ਕੇ ਨੌਜਵਾਨਾਂ ਨੂੰ ਆਪਣੇ ਗਲ ਨਾਲ ਲਾ ਲਵੇ, ਜਿਹੜੇ ਉਹਨਾਂ ਨੇ ਸਿੱਖਾਂ ਦੇ ਨਿਸ਼ਾਨਾਂ ਦੇ ਖਿਲਾਫ, ਨਿਸ਼ਾਨ ਸਾਹਿਬ ਦੇ ਖਿਲਾਫ, ਨਿਹੰਗ ਸਿੰਘਾਂ ਦੇ ਖਿਲਾਫ ਜਾਂ ਜਿਸਾਰੇ ਬੁਲਾਉਣ ਦੇ ਖਿਲਾਫ ਜਿਹੜੇ ਜਿਹੜੇ ਉਹਨਾਂ ਨੇ ਫੈਸਲੇ ਲਏ ਸੀ, ਜਾਂ ਜਿਸ ਕਿਸਮ ਦੀ ਉੱਥੇ ਅੰਦਰੂਨੀ ਰਾਜਨੀਤੀ ਚੱਲਦੀ ਰਹੀ, ਸਿੱਖਾਂ ਦੇ ਖਿਲਾਫ ਪੋਸਟਰ ਲਾਏ ਜਾ ਰਹੇ ਸੀ, ਵੱਖ ਵੱਖ ਟੈਂਟਾਂ ਤੇ ਖੱਬੇ ਪੱਖੀਆਂ ਵੱਲੋਂ ਪੋਸਟਰ ਲਾਏ ਜਾ ਰਹੇ ਸੀ ਸਿੱਖਾਂ ਦੇ ਵਿਰੁੱਧ, ਔਰ ਇਸ ਕਿਸਮ ਦਾ ਮਾਹੌਲ ਬਣਾਇਆ ਜਾ ਰਿਹਾ ਸੀ। ਜੇ ਹਲੇ ਵੀ ਲੀਡਰਸ਼ਿਪ ਉਦੋਂ ਮੰਨ ਜਾਵੇ, ਨੌਜਵਾਨਾਂ ਨੂੰ ਆਪਣੇ ਗਲ ਨਾਲ ਲਾ ਲਵੇ, ਤਾਂ ਅਸੀਂ ਸਮਝਦੇ ਹਾਂ ਵੀ ਹਾਲੇ ਵੀ ਉਹ ਇਸ ਮੋਰਚੇ ਦਾ ਰੋਖਾ ਜਿਹੜਾ ਸਰਕਾਰ ਵੱਲ ਕਰ ਸਕਦੀ ਹੈ। ਪਰ ਲੀਡਰਸ਼ਿਪ ਨੂੰ ਸਿਆਣੀ ਪਰੋੜ ਤੇ ਮਚਿਓਰ ਹੋਣ ਦੀ ਲੋੜ ਹੈ। ਬਿਲਕੁਲ ਬਿਲਕੁਲ ਠੀਕ ਹੈ। ਤੇ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਡਾਊਨਫਾਲ ਵੀ ਆਪਾਂ ਜੇ ਨਾ ਕਹੀਏ ਤੇ ਚਲੋ ਆਪਾਂ ਇਹ ਕਹਿ ਸਕਦੇ ਪੀਕ ਲੰਘ ਚੁੱਕਿਆ ਇਸ ਮੋਰਚੇ ਦਾ, ਪਰ ਆਮ ਭਾਈ ਤੌਰ ਸਿੰਘ ਜੀ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਹੁੰਦੀਆਂ ਵੀ ਜਿਸ ਦਿਨ ਸੰਯੁਕਤ ਮੋਰਚੇ ਦੀ ਸਟੇਜ ਤੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਨਿਸ਼ਾਨ ਸਾਹਿਬ ਪਿੱਛੇ ਲੈ ਜਾਓ
ਨੇ ਅਗਰ ਜਥੇਬੰਦੀਆਂ ਪਿੱਛੇ ਚਲੇ ਜਾਂਦੇ ਕਿਹਦੇ ਡਾਊਨਫਾਲ ਜਿਹੜਾ ਹੈ ਮੋਰਚੇ ਦਾ ਉਸ ਦਿਨ ਤੋਂ ਆਉਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਸਰਕਾਰ ਦੀ ਕਿ ਸਰਕਾਰ ਮੰਨ ਨਹੀਂ ਰਹੀ ਉਹਨੇ ਮੰਨਣਾ ਨਹੀਂ ਹੈ ਜਾਂ ਫਿਰ ਕੁਝ ਵੀ ਹੋ ਸਕਦਾ ਸੋ ਹੁਣ ਇੱਥੇ ਇੱਕ ਹੁਣ ਵੱਡੀ ਗੱਲ ਵੀ ਹੈ ਬਿੱਲਾਂ ਨੂੰ ਤਾਂ ਚਲੋ ਮੰਨ ਲਿਆ ਕਿ ਉਹ ਨਹੀਂ ਮੰਨ ਰਹੇ ਪਰ ਉਸ ਤੋਂ ਉਤਲੀ ਭਾਜੀ ਜਿਹੜੀ ਹੈ ਉਹ ਚਾੜ ਰਹੇ ਨੇ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਮੁੰਡੇ ਕੁੜੀਆਂ ਬਜ਼ੁਰਗ ਜਿਹਦੇ ਵਿੱਚੋਂ ਇੱਕ ਵੱਡਾ ਨਾਮ ਉੱਭਰ ਕੇ ਆਇਆ ਸੀ ਨੌਜੀਤ ਕੌਰ ਦਾ ਜਿਹਨੂੰ ਪਿਛਲੇ ਦਿਨ ਜ਼ਮਾਨਤ ਮਿਲ ਗਈ ਹੈ ਪਰ ਹਜੇ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਅੰਦਰ ਨੇ ਸ਼ਿਵ ਕੁਮਾਰ ਦੀ ਗੱਲ ਚੱਲ ਰਹੀ ਹੈ ਕਿ ਉਹਦੇ ਨੌਂ ਤੱਕ ਖਿੱਚ ਦਿੱਤੇ ਗਏ ਉਹਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ ਸੋ ਇਸੇ ਤਰ੍ਹਾਂ 90 ਸਾਲ ਦਾ ਇੱਕ ਬਜ਼ੁਰਗ ਪਿਛਲੇ ਦਿਨ ਬਾਹਰ ਆਇਆ ਉਹਨੇ ਕਿਹਾ ਕਿ ਮੇਰੇ ਤੇ ਬਹੁਤ ਜਿਹੜਾ ਤਸ਼ੱਦਦ ਹੋਇਆ ਨੌਦੀਪ ਕੌਰ ਦੱਸਦੀ ਹੈ ਕਿ ਮੇਰੇ ਉੱਤੇ ਬੈਠ ਕੇ ਮੇਰਾ ਮੈਨੂੰ ਕੁੱਟਿਆ ਗਿਆ ਮਾਰਿਆ ਗਿਆ ਟੌਰਚਰ ਕੀਤਾ ਗਿਆ ਸੋ ਜਿੱਥੇ ਸਰਕਾਰ ਕੋਲੋਂ ਅਸੀਂ ਬੇਲ ਮਨਵਾਉਣ ਗਏ ਹੋਏ ਆ ਤੇ ਆਪਾਂ ਤਾਂ ਉਹਨਾਂ ਦੇ ਕੋਲੋਂ ਹੋਰ ਹੀ ਕੁਝ ਲੈ ਕੇ ਵਾਪਸ ਆ ਰਹੇ ਆ ਇੱਕ ਨੌਜਵਾਨ ਵੀ ਆਪਣੇ ਆਪਾਂ ਗਵਾਲੇ ਆ ਜਿਨ੍ਹਾਂ ਦਾ ਹੁਣ ਪਤਾ ਨਹੀਂ ਕਦੋਂ ਬਾਹਰ ਆਉਣਗੇ ਮਨਜਿੰਦਰ ਸਿਰਸਾ ਦਾ ਰੋਲ ਉਹਨੂੰ ਕਿਦਾਂ ਦੇਖਦੇ ਹੋ ਸਾਰੀ ਗੱਲਬਾਤ ਦੇ ਉੱਤੇ ਮੈਂ ਚਾਹਣਾ ਕਿ ਆਪਾਂ ਗੱਲ ਕਰੀਏ ਹਾਂਜੀ ਹਾਂਜੀ ਇਹ ਸਰਕਾਰ ਨੇ ਬਕਾਇਦਾ ਦਹਿਸ਼ਤ ਦੀ ਨੀਤੀ ਜਿਹੜੀ ਸਰਕਾਰਾਂ ਚੱਲਦੀਆਂ ਚਾਹੇ ਇੰਦਰਾ ਗਾਂਧੀ ਦੀ ਸਰਕਾਰ ਸੀ ਜਾਂ ਫਿਰ ਹੁਣ ਨਰਿੰਦਰ ਮੋਦੀ ਦੀ ਸਰਕਾਰ ਆ ਉਹ ਸਰਕਾਰਾਂ ਦੇ ਬਦਲਣ ਨਾਲ ਦਹਿਸ਼ਤ ਦੀ ਰਾਜਨੀਤੀ ਵਿੱਚ ਕੋਈ ਫਰਕ ਨਹੀਂ ਪਿਆ ਉਸੇ ਤਰ੍ਹਾਂ ਉਹ ਦਹਿਸ਼ਤ ਪਾਉਣਾ ਚਾਹੁੰਦੇ ਆ ਪਹਿਲਾਂ ਗੁੰਡਿਆਂ ਤੋਂ ਹਮਲਾ ਕਰਾਇਆ ਤੇ ਫਿਰ ਉਸ ਤੋਂ ਬਾਅਦ ਹੁਣ ਸਿੱਖ ਨੌਜਵਾਨਾਂ ਦੀ ਲਗਭਗ 150-200 ਸਿੱਖ ਨੌਜਵਾਨ ਆ ਜਿਹੜਾ ਉਹ ਫੜਿਆ ਹੋਇਆ ਮੋਰਚੇ ਦੀ ਆੜ ਵਿੱਚ ਆ ਜਿਹਨੂੰ ਦੇਖਦੇ ਨੇ ਕਿਸੇ ਨੂੰ ਜੰਮੂ ਕਸ਼ਮੀਰ ਤੋਂ ਚੱਕ ਲਿਆਉਂਦੇ ਨੇ ਕਿਸੇ ਨੂੰ ਪੰਜਾਬ ਚੋਂ ਚੱਕ ਲੈਂਦੇ ਆ ਕਿਸੇ ਨੂੰ ਹਰਿਆਣੇ ਤੋਂ ਚੱਕ ਲੈਂਦੇ ਆ ਸਿਰਫ ਉਹ ਇੱਕ ਤਰ੍ਹਾਂ ਨਾਲ ਕੋਈ ਵੀ ਕਾਨੂੰਨ ਦਾ ਰਾਜ ਨਹੀਂ ਹੈ ਜਿਹਨੂੰ ਪੁਲਿਸ ਸਮਝਦੀ ਆ ਉਹਨੂੰ ਚੱਕ ਕੇ ਤੇ ਗੱਡੀ 'ਚ ਸਿੱਟ ਕੇ ਤੇ ਉਹ ਥਾਣਿਆਂ 'ਚ ਲਾਇਆ ਜਾਂਦੇ ਆ ਸੋ ਇਹ ਬਿਲਕੁਲ ਹੀ ਦਹਿਸ਼ਤ ਦੀ ਰਾਜਨੀਤੀ ਆ ਇਸ ਦਹਿਸ਼ਤ ਦੀ ਰਾਜਨੀਤੀ ਦਾ ਲੀਡਰਸ਼ਿਪ ਨੂੰ ਵਿਰੋਧ ਕਰਨਾ ਚਾਹੀਦਾ ਸੀ ਪਰ ਲੀਡਰਸ਼ਿਪ ਇੰਨੀ ਡਰ ਗਈ ਇੰਡੀਅਨ ਮੀਡੀਆ ਤੋਂ ਤੇ ਜਿਹੜੇ ਜਿਹੜੀ ਸਰਕਾਰ ਦੀ ਇੱਕ ਦਹਿਸ਼ਤ ਵਾਲੀ ਨੀਤੀ ਹੁੰਦੀ ਆ ਉਹ ਤੋਂ ਲੀਡਰਸ਼ਿਪ ਇੰਨੀ ਡਰ ਗਈ ਸੋ ਅਸੀਂ ਪਹਿਲਾਂ ਵੀ ਕਿਹਾ ਲੀਡਰਸ਼ਿਪ ਉਸ ਯੋਗ ਨਹੀਂ ਸੀ ਜਿੰਨਾ ਵੱਡਾ ਮੋਰਚਾ ਉਹਨਾਂ ਦੇ ਸਾਹਮਣੇ ਆ ਗਿਆ ਸੋ ਜਿਹੜੀ ਲੀਡਰਸ਼ਿਪ ਆ ਇਹ ਸਿਰਫ ਥਾਣਿਆਂ ਤਹਿਸੀਲਾਂ ਦੇ ਸਾਹਮਣੇ ਜਿੰਦਾਬਾਦ ਮੁਰਦਾਬਾਦ ਕਰਨ ਵਾਲੀ ਸੀ ਉਹਨਾਂ ਦਾ ਜਿਹੜਾ ਵਾਹ ਹੈਗਾ ਬਹੁਤ ਵੱਡੇ ਦੁਸ਼ਮਣ ਨਾਲ ਪਿਆ ਹੈਗਾ ਸੋ ਕਹਿੰਦਾ ਇਹ ਭਾਰਤ ਤੱਕ ਸੀਮਤ ਨਹੀਂ ਸੀ ਇਹ ਮੋਰਚਾ ਇਸ ਮੋਰਚੇ ਦੇ ਜਿਹੜੇ ਆ ਜਿਹੜੇ ਆਫਟਰ ਇਫੈਕਟ ਸੀ ਉਹ ਪੂਰੀ ਦੁਨੀਆ ਵਿੱਚ ਪੈਣੇ ਸੀ ਹੁਣ ਦੋ ਵਾਰ ਹੋਇਆ ਨਿਊਯਾਰਕ ਟਾਈਮਸ ਵਿੱਚ ਪੂਰੇ ਸਫ਼ੇ ਦਾ ਇਸ਼ਤਿਹਾਰ ਛਪਿਆ ਜਿਹੜੀਆਂ ਅਮਰੀਕਾ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਸੋ ਤੁਸੀਂ ਦੇਖੋ ਵੀ ਕਿੰਨੇ ਵੱਡੇ ਇੰਪੈਕਟ ਪੈਣੇ ਸੀ ਕਿੰਨਾ ਵੱਡਾ ਉਹਦਾ ਅਸਰ ਪੈਣਾ ਸੀ ਇਸ ਦੇ ਨਾਲ ਹੀ ਅਮਰੀਕਾ ਦੀਆਂ ਤੇ ਹੋਰ ਦੁਨੀਆ ਦੀਆਂ ਘੱਟੋ ਘੱਟ 70 ਕਿਸਾਨ ਜਥੇਬੰਦੀਆਂ ਨੇ ਇਹਦੇ ਹੱਕ ਵਿੱਚ ਜਿਹਦਾ ਬਿਆਨ ਜਾਰੀ ਕਰਿਆ ਕਿਸਾਨ ਮੋਰਚੇ ਦੇ ਹੱਕ ਵਿੱਚ ਸੋ ਜਿੰਨੇ ਵੱਡੇ ਦੁਸ਼ਮਣ ਨਾਲ ਜਿੰਨੀ ਜਿਹੜਾ ਕਾਰਪੋਰੇਟ ਜਗਤ ਆ ਉਹ ਭਾਰਤ ਤੱਕ ਸੀਮਤ ਨਹੀਂ ਹੈ ਪੂਰੀ ਦੁਨੀਆ ਨੂੰ ਕਾਰਪੋਰੇਟ ਜਗਤ ਨੇ ਆਪਣੇ ਸਕੰਜੇ ਚ ਲਿਆ ਹੋਇਆ ਸੋ ਕਿਸਾਨਾਂ ਦਾ ਮੋਰਚਾ ਪੂਰੀ ਦੁਨੀਆ ਦੇ ਕਾਰਪੋਰੇਟ ਵਰਲਡ ਦੇ ਨਾਲ ਟੱਕਰ ਸੀ ਪਰ ਸਾਡੀ ਲੀਡਰਸ਼ਿਪ ਸੀ ਉਹ ਥਾਣਿਆਂ ਕਚਹਿਰੀਆਂ ਸਾਹਮਣੇ ਜਿੰਦਾਬਾਦ ਮੁਰਦਾਬਾਦ ਕਰਨ ਵਾਲੀ ਸੀ ਸੋ ਉਹਦੇ ਵਿੱਚ ਉਹ ਯੋਗਤਾ ਨਹੀਂ ਸੀ ਵੀ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਬੱਚਿਆਂ ਨੂੰ ਇੱਕ ਪਰਿਵਾਰ ਵਾਂਗ ਨੇੜੇ ਰੱਖਦੀ ਆਪਣੇ ਨਾਲ ਰੱਖਦੀ ਤੇ ਸਰਕਾਰ ਦਾ ਮੂੰਹ ਭਰਦੀ ਉਹ ਉਸ ਯੋਗ ਨਹੀਂ ਸੀ ਲੀਡਰਸ਼ਿਪ ਹੁਣ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਦੋਂ ਇੰਨਾ ਡਰ ਗਈ ਲੀਡਰਸ਼ਿਪ ਉਹਨਾਂ ਨੂੰ ਲੱਗਿਆ ਵੀ ਸਾਨੂੰ ਵੀ ਫੜ ਕੇ ਅੰਦਰ ਜਿਹੜੀ ਲੀਡਰਸ਼ਿਪ ਇੰਨੀ ਕਮਜ਼ੋਰ ਵੀ ਆਪਣੀਆਂ ਗ੍ਰਿਫਤਾਰੀਆਂ ਤੋਂ ਡਰਨ ਲੱਗ ਗਈ ਇਸ ਕਰਕੇ ਉਹ ਸਾਰਾ ਜਿਹੜਾ ਮੋਰਚੇ ਦੀਆਂ ਨਿਵਾਣਾ ਨੇ ਆਈਆਂ ਦੂਜੇ ਪਾਸੇ ਤੁਸੀਂ ਮਨਜਿੰਦਰ ਸਿੰਘ ਸਿਰਸਾ ਦਾ ਜ਼ਿਕਰ ਕਰਿਆ ਠੀਕ ਹੈ ਬਕਾਇਦਾ ਇੱਕ ਵਕੀਲਾਂ ਦਾ ਪੈਨਲ ਬਣਿਆ ਹੋਇਆ ਉਹ ਵਕੀਲਾਂ ਦਾ ਪੈਨਲ ਲਗਾਤਾਰ ਜਿਹੜਾ ਨੌਜਵਾਨਾਂ ਦੀਆਂ ਜਮਾਨਤਾਂ ਭਰ ਰਿਹਾ ਹੈਗਾ ਪਰ ਮਨਜਿੰਦਰ ਸਿੰਘ ਸਿਰਸਾ ਦੀ ਆਪਾਂ ਇਸ ਗੱਲ ਨੂੰ ਦਾਦ ਦਿੰਦੇ ਹਾਂ ਵੀ ਜਿੱਥੇ ਕਿਤੇ ਵੀ ਉਹਨੂੰ ਰਿਹਾਇਸ਼ ਦੀ ਖ਼ਬਰ ਮਿਲਦੀ ਆ ਜਾਂ ਜੋ ਕੋਈ ਵੀ ਚਾਰਾਜੋਈ ਹੁੰਦੀ ਹੈ ਉਹਨੇ ਆਪਣੇ ਵਿੱਤ ਅਨੁਸਾਰ ਸਿੱਖ ਨੌਜਵਾਨਾਂ ਦੀ ਬਾਂਹ ਫੜਨ ਦਾ ਯਤਨ ਕਰਿਆ ਔਰ ਉਹਦੇ ਲਈ ਉਹ ਵਧਾਈ ਦਾ ਪਾਤਰ ਔਰ ਅਸੀਂ ਸ਼ਲਾਘਾ ਕਰਦੇ ਹਾਂ ਬੇਸ਼ੱਕ ਅਕਾਲੀ ਦਲ ਨਾਲ ਸਾਡੇ ਰਾਜਨੀਤਿਕ ਮਤਭੇਦ ਹੋਣ ਉਹ ਵੱਖਰੀ ਗੱਲ ਹੈ ਪਰ ਮਨਜਿੰਦਰ ਸਿੰਘ ਸਿਰਸਾ ਨੇ ਪਰਸਨਲੀ ਜਿਸ ਕਿਸਮ ਦਾ ਰੋਲ ਨਿਭਾਇਆ ਉਹਦੀ ਸ਼ਲਾਘਾ ਕਰਨੀ ਬਣਦੀ ਹੈ ਤਾਂ ਇਹ ਕਿਹਾ ਜਾਂਦਾ ਵੀ ਆਪਣੇ ਫਿਰ ਵੀ ਆਪਣੇ ਹੁੰਦੇ ਆ ਹਨਾ ਜਦੋਂ ਕਿਸਾਨ ਲੀਡਰਸ਼ਿਪ ਸਾਰੇ ਨੌਜਵਾਨਾਂ ਦੀ ਬਾਂਹ ਛੱਡ ਚੁੱਕੀ ਸੀ ਵੀ ਸਾਡੇ ਕੁਛ ਨੀ ਲੱਗਦੇ ਉਹ ਉਸ ਵੇਲੇ ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਨੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੀ ਬਾਂਹ ਫੜੀ ਹੈ ਸਾਰੀਆਂ ਸੰਸਥਾਵਾਂ ਨੇ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਔਰ ਖਾਸ ਕਰਕੇ ਮਨਜਿੰਦਰ ਸਿੰਘ ਸਿਰਸਾ ਦਾ ਜਿਨ੍ਹਾਂ ਨੇ ਵੱਡੀ ਨੱਠ ਭੱਜ ਕਰਕੇ ਸਾਰੇ ਪੁਲਿਸ ਅਫਸਰਾਂ ਨਾਲ ਇੰਟਰੈਕਟ ਕਰਦਾ ਰਿਹਾ ਵੀ ਕਿੰਨੇ ਨੌਜਵਾਨ ਫੜੇ ਨੇ ਕਿਹੜਾ ਕਿੱਥੇ ਆ ਉਹਦੇ ਤੇ ਕੀ ਕੇਸ ਨੇ ਸਾਰਾ ਕੁਝ ਜਿੱਦਾਂ ਉਹ ਆਪ ਨੱਠ ਭੱਜ ਕਰਦਾ ਰਿਹਾ ਪਰ ਵਕੀਲਾਂ ਦਾ ਪੈਨਲ ਆ ਜਿਹੜਾ ਆਪਣਾ ਉਹਨੇ ਵਕੀਲਾਂ ਦੇ ਪੈਨਲ ਦੀ ਵੀ ਸ਼ਲਾਘਾ ਕਰਨੀ ਬਣਦੀ ਆ ਜਿਹਨੇ ਲਗਾਤਾਰ ਪਰਦੇ ਪਿੱਛੇ ਰਹਿ ਕੇ ਸਰਗਰਮੀਆਂ ਕਰੀਆਂ ਤੇ ਵੱਡੀ ਗਿਣਤੀ ਵਿੱਚ ਜਿਹੜੀਆਂ ਨੌਜਵਾਨਾਂ ਦੀਆਂ ਜਮਾਨਤਾਂ ਕਰਵਾ ਦਿੱਤੀਆਂ ਬਿਲਕੁਲ ਬਿਲਕੁਲ ਠੀਕ ਹੈ ਤੇ ਜਿਵੇਂ ਹੁਣ ਮਨਜਿੰਦਰ ਸਿੰਘ ਸਿਰਸਾ ਦਾ ਆਪਾਂ ਇਹ ਦੇਖੀਏ ਵੀ ਸ਼ੁਰੂ ਤੋਂ ਹੁਣ ਤੱਕ ਕੋਈ ਬਹੁਤਾ ਲੈਣ ਦੇਣ ਨਹੀਂ ਸੀਗਾ ਕਿਸਾਨੀ ਮੋਰਚੇ ਦੇ ਨਾਲ ਹਾਂ ਇੱਥੋਂ ਤੱਕ ਉਹਨਾਂ ਨੇ ਜ਼ਿਕਰ ਜ਼ਰੂਰ ਕੀਤਾ ਸੀ ਵੀ ਜਿੰਨਾ ਲੰਗਰ ਦਾ ਪ੍ਰਬੰਧ ਹੈ ਉਹ ਅਸੀਂ ਕਰਾਂਗੇ ਤੁਸੀਂ ਆਓ ਜੀ ਆਇਆਂ ਨੂੰ ਤੁਹਾਨੂੰ ਦਿੱਲੀ ਦੇ ਵਿੱਚ
ਪਰ ਹੁਣ ਜਦੋਂ ਗੱਲ ਕਰਦੇ ਹਾਂ ਬਈ ਦਿੱਲੀ ਦੇ ਵਿੱਚ ਲਿਜਾਉਣ ਵਾਲੀਆਂ ਜਿਹੜੀਆਂ ਕਹਿ ਸਕਦੇ ਹਾਂ ਵੀ ਕਿਸਾਨ ਜਥੇਬੰਦੀਆਂ ਜਾਂ ਫਿਰ ਉਹਨਾਂ ਦੇ ਆਗੂ ਸੀ, ਜਦੋਂ ਨੌਜਵਾਨ ਪਹੁੰਚ ਜਾਂਦਾ ਹੈ 26 ਜਨਵਰੀ ਦੀ ਘਟਨਾ ਜਿਹੜੀ ਹੋ ਜਾਂਦੀ ਹੈ ਉਹ ਕਿਤੇ ਨਾ ਕਿਤੇ ਡਾਊਨਫਾਲ ਉਸ ਤੋਂ ਵੀ ਆਇਆ। ਖੈਰ ਆਪਾਂ ਇਹਦੇ ਉੱਤੇ ਜੇ ਨਾ ਜਾਂਦੇ ਹੋਏ ਕਹੀਏ ਵੀ ਜਿਹਨਾਂ ਨੇ ਸੱਦਿਆ ਸੀ ਉਹ ਤਾਂ ਕਹਿੰਦੇ ਵੀ ਸਾਡੇ ਬਗਾਨੇ ਹੋ ਗਏ ਆ, ਤੇ ਉੱਤੋਂ ਮਨਜਿੰਦਰ ਸਿੰਘ ਸਿਰਸਾ ਆ ਕੇ ਉਹਨਾਂ ਦੀਆਂ ਜ਼ਮਾਨਤਾਂ ਕਰਾਉਂਦੇ ਆ, ਕਿਸਾਨ ਆਗੂ ਦੇ ਰੋਲ ਨੂੰ ਕਿਵੇਂ ਵੇਖਦੇ ਹੋ? ਹਾਂਜੀ ਹਾਂਜੀ, ਉਹੀ ਆ ਵੀ ਕਿਸਾਨ ਜਿਹੜੀ ਲੀਡਰਸ਼ਿਪ ਆ ਉਸ ਯੋਗਤਾ ਦੀ ਨਹੀਂ ਹੈ। ਉਹ ਵਿਚਾਰੇ ਬਹੁਤ ਛੋਟੇ ਸੰਘਰਸ਼ਾਂ ਦੇ ਲੀਡਰ ਸੀ, ਛੋਟੇ ਸੰਘਰਸ਼ ਪੰਜਾਬ ਚੋਂ ਕਰਦੇ ਰਹੇ ਆ, ਪੰਜਾਬ ਤੋਂ ਬਾਹਰ ਉਹਨਾਂ ਦਾ ਸੰਘਰਸ਼ ਕਰਨ ਦੀ ਕੋਈ ਕੈਪੇਬਿਲਿਟੀ ਨਹੀਂ ਸੀ, ਹਨਾ। ਸੋ ਇਸ ਕਰਕੇ ਉਹ ਗਲਤੀਆਂ ਉਹਨਾਂ ਨੇ ਕਰੀਆਂ ਨੇ, ਉਹਨਾਂ ਦੇ ਅੰਦਰ ਕਮਜ਼ੋਰੀਆਂ ਨੇ, ਉਹ ਇੰਨੇ ਗਰੋਹ ਨਹੀਂ ਹੋਏ, ਉਹ ਇੰਨੇ ਪ੍ਰੋੜ ਲੀਡਰ ਨਹੀਂ ਹੈਗੇ, ਮਚਿਓਰ ਲੀਡਰਸ਼ਿਪ ਨਹੀਂ ਹੈਗੀ, ਉਹਨਾਂ ਦੀ ਜਿਹੜੀ ਇੱਕ ਪੋਲੀਟੀਕਲ ਡਿਪਲੋਮੇਸੀ ਹੁੰਦੀ ਆ ਉਹ ਨਹੀਂ ਹੈਗੇ ਵੀ ਸਾਰਿਆਂ ਨੂੰ ਨਾਲ ਕਿਵੇਂ ਰੱਖੀਦਾ। ਉਹ ਜਿਸ ਤਰ੍ਹਾਂ ਵੀ ਅੱਗ ਬਬੂਲਾ ਹੋਏ ਕਿਸੇ ਨੇ ਕੰਨ ਵਿੱਚ ਫੂਕ ਮਾਰੀ ਤਾਂ ਰਾਜੇ ਵਾਲ ਨੇ ਆਪਣੀ ਜਿਹੜੀ ਘਾਟ ਕੱਢ ਲਈ, ਕਿਸੇ ਨੇ ਦੂਜੇ ਨੇ ਫੂਕ ਮਾਰੀ ਤਾਂ ਦੂਜੇ ਨੇ। ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਕਿਸ ਪਿਛਲੇ 2-4 ਦਿਨ ਪਹਿਲਾਂ ਵੀ ਇਹ ਹੋਇਆ ਵੀ ਇੱਕ ਲੀਡਰ ਉੱਠ ਕੇ ਕਹਿੰਦਾ ਵੀ ਨੌਜਵਾਨਾਂ ਨੂੰ ਕਿਹਨੇ ਬੁਲਾਇਆ, ਸਰਦੀ ਨਾਲ ਬੁਲਾਈ ਮੈਂ ਲਾੜੇ ਦੀ ਤਾਰੀ, ਹੈ ਨਾ, ਜਿਹੜੀ ਉਹਦੀ ਵੀਡੀਓ ਵਾਇਰਲ ਹੋਈ ਆ ਵੀ ਜਦੋਂ ਇਸ ਕਿਸਮ ਦੀ ਲੀਡਰਸ਼ਿਪ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਵੀ ਉਹ ਮੋਰਚਾ ਜਿੱਤ ਜਾਓਗੇ, ਹੈ ਨਾ। ਲੀਡਰਸ਼ਿਪ ਤੋਂ ਕੋਈ ਉਮੀਦ ਨਹੀਂ ਆਪਾਂ ਨੂੰ ਰੱਖਣੀ ਚਾਹੀਦੀ। ਹਾਂ, ਸਿੱਖ ਸੰਗਤਾਂ ਨੇ ਸਤਿਕਾਰ ਦਿੱਤਾ ਸੀ ਬਹੁਤ ਜ਼ਿਆਦਾ ਇਹਨਾਂ ਨੂੰ, ਗਲਤੀਆਂ ਕਰ ਲੱਗੇ ਹੁਣ, ਇੰਨੀਆਂ ਜ਼ਿਆਦਾ ਗਲਤੀਆਂ ਕਰ ਚੁੱਕੇ ਨੇ, ਉਹਨਾਂ ਦੀ ਸਫਾਈ ਕਰਨੀ ਹੁਣ ਉਹਨਾਂ ਦੇ ਮੇਰਾ ਕੱਲ ਬੱਸ ਵਿੱਚ ਨਹੀਂ ਰਹੀ, ਹੁਣ ਉਹ ਲਗਾਤਾਰ ਵੱਡੀਆਂ ਗਲਤੀਆਂ ਕਰ ਚੁੱਕੇ ਨੇ। ਇਸ ਕਰਕੇ ਲੀਡਰ ਹਾਲ ਦੀ ਘੜੀ ਮੋਰਚੇ ਵਿੱਚ ਜਿਹੜਾ ਨਿਰਾਸ਼ਤਾ ਦਾ ਆਲਮ ਉਹ ਇਸੇ ਕਰਕੇ ਹੈ। ਬਿਲਕੁਲ ਬਿਲਕੁਲ, ਤੇ ਕਿਸਾਨੀ ਆਗੂ ਜਿਹੜੇ ਨੇ ਮੋਰਚੇ ਦੇ ਆਗੂ ਨੇ ਉਹ ਹਜੇ ਵੀ ਪਿਛਲੀਆਂ ਗਲਤੀਆਂ ਤੋਂ ਕਹਿ ਲਈਏ ਵੀ ਕੁਛ ਨਹੀਂ ਸਿੱਖ ਰਹੇ, ਕਿਉਂਕਿ ਬਾਰ ਬਾਰ ਜਿਹੜਾ ਹੈ ਐਸੇ ਜ਼ਹਿਰੀਲੇ ਜ਼ਹਿਰ ਭਰੇ ਹੋਏ ਜਿਹੜੇ ਬਿਆਨ ਹੈਗੇ ਆ ਉਹ ਸਟੇਜਾਂ ਤੋਂ ਅੱਜ ਵੀ ਦਿੱਤੇ ਜਾ ਰਹੇ ਨੇ, ਉਹਨਾਂ ਲੋਕਾਂ ਨੂੰ ਰੋਕਿਆ ਨਹੀਂ ਜਾ ਰਿਹਾ। ਹੁਣ ਉਗਰਾਹਾ ਸਾਹਿਬ ਦੀ ਗੱਲ ਕਰ ਲਈਏ ਤਾਂ ਉਹ ਵੀ ਵੱਡੇ ਲੀਡਰ ਨੇ, ਜੇ ਕਿਸਾਨੀ ਮੋਰਚੇ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਉਹ ਪੱਤਰਕਾਰ ਦੇ ਨਾਲ ਜਿਹੜਾ ਹੈ ਉੱਪਰ ਥੱਲੇ ਹੋ ਕੇ ਤੇ ਉਹਨੂੰ ਕਹਿੰਦੇ ਨੇ ਕਿ ਅਸੀਂ ਕੋਈ ਠੇਕਾ ਨਹੀਂ ਲਿਆ ਹੋਇਆ ਦੀਪ ਸਿੱਧੂ ਨਾਲ ਸੁਧਾਰਨ ਦਾ, ਸਾਡੀ ਮਰਜ਼ੀ ਹੋਏਗੀ ਅਸੀਂ ਕਰਾਂਗੇ, ਨਹੀਂ ਮਰਜ਼ੀ ਤਾਂ ਨਾ ਕਰਾਂਗੇ। ਸੋ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਜਦੋਂ ਪੰਜਾਬ ਤੋਂ ਤੁਸੀਂ ਤੁਰੇ ਸੀ ਤਾਂ ਉਸ ਦਿਨ ਫਿਰ ਠੇਕਾ ਜਿਹੜਾ ਤੁਹਾਡਾ ਸੀਗਾ ਉਹ ਕਿਹਦੇ ਕੋਲ ਸੀਗਾ, ਇਹ ਗੱਲਾਂ ਸਾਫ਼ ਹੋਣੀਆਂ ਚਾਹੀਦੀਆਂ ਨੇ। ਪਰ ਹੁਣ ਜੇ ਗੱਲ ਕਰੀਏ ਨੌ ਦੀ ਪੋਰ ਤਾਂ ਬਾਹਰ ਆ ਚੁੱਕੀ ਹੈ, ਬਾਕੀ ਦੇ ਜਿਹੜੇ ਨੌਜਵਾਨ ਨੇ ਉਹ ਹਜੇ ਵੀ ਅੰਦਰ ਨੇ, ਤਸ਼ੱਦਦ ਉਹਨਾਂ ਦੇ ਉੱਤੇ ਹੋਇਆ, ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ? ਦੀਪ ਸਿੱਧੂ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ, ਸੋ ਇਹਨਾਂ ਨੂੰ ਛੱਡ ਦਿੱਤਾ ਜਾਏਗਾ ਜਲਦੀ ਜਾਂ ਫਿਰ ਜਿਹੜਾ ਨੁਕਸਾਨ ਹੋਇਆ ਉਹਨਾਂ ਦਾ, ਇੱਕ ਰਣਜੀਤ ਸਿੰਘ ਨਾਂ ਦਾ ਨੌਜਵਾਨ ਹੈ ਜਿਹਦੇ ਸਿਰ ਦੇ ਉੱਤੇ ਉਹਦਾ ਕੇਸ ਖਿਲਾ ਕੇ ਉਹਦੇ ਉੱਤੇ ਪੈਰ ਰੱਖਿਆ ਦੀ ਇੱਕ ਤਸਵੀਰ ਵਾਇਰਲ ਹੋਈ ਹੈ ਪੁਲਿਸ ਵਾਲੇ ਦੀ। ਸੋ ਆਪਾਂ ਅਮਰੀਕਾ ਦੇ ਵਿੱਚ ਜਦੋਂ ਇੱਕ ਕਾਲੇ ਮੂੰਹ ਦੇ ਵਿਅਕਤੀ ਦੇ ਨਾਲ ਇਸ ਤਰ੍ਹਾਂ ਹੁੰਦਾ ਤਾਂ ਆਪਾਂ ਉਹਨੂੰ ਵਰਲਡ ਲੈਵਲ ਦੇ ਉੱਤੇ ਇੱਕ ਵੱਡੀ ਲਹਿਰ ਬਣਾ ਦਿੱਤਾ, ਪਰ ਅੱਜ ਸਿੱਖ ਨੌਜਵਾਨ ਦੇ ਨਾਲ ਇਸ ਤਰ੍ਹਾਂ ਹੋਇਆ, ਪਰ ਉਹ ਜ਼ਿਆਦਾ ਉਹਦੇ ਬਾਰੇ ਕੋਈ ਵੀ ਗੱਲਬਾਤ ਜਿਹੜੀ ਬਾਹਰ ਨਹੀਂ ਆ ਰਹੀ। ਇਹ ਸਾਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਹਾਂਜੀ, ਇਹ ਡਬਲ ਸਟੈਂਡਰਡ ਆਫ ਜਸਟਿਸ ਆ, ਸਾਨੂੰ ਜਿਹੜਾ ਦੂਰੋਂ ਕੋਈ ਹੁੰਦਾ ਉਸ ਵੇਲੇ ਤਾਂ ਜਦੋਂ ਜਾਰਜ ਫਲਾਇਡ ਦੇ ਗਰਦਨ ਤੇ ਜਦੋਂ ਅਮਰੀਕਨ ਪੁਲਿਸ ਅਫਸਰ ਨੇ ਰੱਖਿਆ ਸੀਗਾ ਗੋਡਾ, ਤੇ ਪੂਰੇ ਭਾਰਤ ਦੇ ਜਿਹੜਾ ਫਿਲਮੀ ਕਲਾਕਾਰ ਸੀ ਜਾਂ ਹੋਰ ਸੈਲੀਬ੍ਰਿਟੀ ਸੀ ਉਹ ਸ਼ੇਮ ਕਰਦੀਆਂ ਸੀ ਵੀ ਤੁਹਾਡੇ ਮੁਲਕਾਂ ਵਿੱਚ ਕੀ ਹੋ ਰਿਹਾ ਹੈ, ਅਮਰੀਕਾ ਵਿੱਚ ਕੀ ਹੋ ਰਿਹਾ, ਘੱਟ ਗਿਣਤੀਆਂ ਨਾਲ ਵਿਤਕਰਾ ਹੋ ਰਿਹਾ। ਹੁਣ ਜਦੋਂ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਵਿਤਕਰਾ ਹੋ ਰਿਹਾ, ਹੁਣ ਮੋਦੀ ਸਰਕਾਰ ਦੇ ਖਿਲਾਫ਼ ਕੋਈ ਨੀ ਬੋਲਦਾ, ਹੁਣ ਬਿਲਕੁਲ ਉਹ ਸੇਮ ਸਿਚੁਏਸ਼ਨ ਹੀ ਆ, ਹਨਾ। ਕਿਉਂਕਿ ਇਹ ਹੁੰਦਾ ਵੀ ਜਿਹੜਾ ਸੌਖਾ ਐਕਟਿਵਿਜ਼ਮ ਆ ਨਾ ਉਹ ਵਧੀਆ ਲੱਗਦਾ, ਉਹਦੇ ਚੋਂ ਕੰਗਣਾ ਰਣੌਤ ਵੀ ਆ ਜਾਂਦੀ ਆ, ਹੋਰ ਵੀ ਸਾਰੇ ਆ ਜਾਂਦੇ ਆ ਇਕੱਠੇ ਹੋ ਕੇ, ਕਿਉਂਕਿ ਬੜਾ ਸੋਹਣਾ ਲੱਗਦਾ ਦੂਜੇ ਦੇ ਖਿਲਾਫ਼ ਬੋਲਣਾ। ਜਦੋਂ ਆਪਣੇ ਆਪ ਤੇ ਹੁੰਦੀ ਆ ਵੀ ਅਸੀਂ ਉਹ ਕੁਛ ਕਰ ਰਹੇ ਹੈਗੇ ਆ, ਫਿਰ ਜਿਸ ਤਰ੍ਹਾਂ ਸਾਹਮਣਾ ਕੁਛ ਆਉਂਦਾ, ਇਸ ਕਰਕੇ ਉਹ ਡਬਲ ਸਟੈਂਡਰਡ ਆਫ ਜਸਟਿਸ ਆ ਵੀ ਉਹ ਭਾਰਤ ਵਿੱਚ ਘੱਟ ਗਿਣਤੀਆਂ ਦਾ ਲਗਾਤਾਰ ਉਹਨਾਂ ਦੇ ਤਸ਼ੱਦਦ ਹੋਇਆ ਤੇ ਹੁੰਦਾ ਰਹੇਗਾ। ਹਾਂ, ਜੇ ਤੁਸੀਂ ਗ੍ਰਿਫਤਾਰੀਆਂ ਦੀ ਗੱਲ ਕਰੀਏ ਮੇਰੇ ਘਰ ਹੌਲੀ ਹੌਲੀ, ਕਿਉਂਕਿ ਕੇਸ ਜਦੋਂ ਕੁਛ ਨੌਜਵਾਨਾਂ ਦੀ ਗ੍ਰਿਫਤਾਰੀਆਂ ਜਿਹੜੀਆਂ ਰਿਹਾਈਆਂ ਹੋ ਗਈਆਂ ਹੋਈਆਂ ਤੇ ਹੁਣ ਬਾਕੀ ਦੀਆਂ ਵੀ ਹੌਲੀ ਹੌਲੀ ਹੋ ਸਕਦਾ 10-15 ਦਿਨਾਂ ਜਿਹੜੇ ਲੱਗ ਜਾਣ, ਬਾਕੀ ਜਿਹੜੀਆਂ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਜਾਣਗੀਆਂ। ਪਰ ਹਰੇ ਦੀਪ ਸਿੱਧੂ ਦੀ ਜਮਾਨਤ ਨੂੰ ਟਾਈਮ ਲੱਗੇਗਾ, ਉਹਨੂੰ ਮਹੀਨਾ 1.5 ਮਹੀਨਾ ਜਾਂ 2 ਮਹੀਨੇ ਵੀ ਲੱਗ ਸਕਦੇ ਆ, ਕਿਉਂਕਿ ਉਹਦਾ ਕੇਸ ਥੋੜਾ ਜਿਹਾ ਪੁਲਿਸ ਉਹਦੀ ਜਮਾਨਤ ਦੀ ਵਿਰੋਧਤਾ ਵੀ ਕਰੇਗੀ, ਉਹ ਇਸ ਤਰ੍ਹਾਂ ਕਰੇਗੀ ਕਿਉਂਕਿ ਉਹਦਾ ਪੋਲੀਟੀਕਲ ਹੋਊਗਾ ਨਾ ਗੱਲ। ਜੀ ਬਿਲਕੁਲ, ਜਦੋਂ ਇਹ ਛੁੱਟ ਗਿਆ ਜੇ ਪੰਜਾਬ ਜਾਣਾ, ਉਸ ਤਰ੍ਹਾਂ ਪੋਲੀਟੀਕਲੀ ਇਹ ਨੌਜਵਾਨਾਂ ਨੂੰ ਜਾਗਰਤ ਕਰੂਗਾ, ਅਗਲੇ ਸਾਲ ਇਲੈਕਸ਼ਨਾਂ ਹੋਣ ਵਾਲੀਆਂ ਨੇ, ਉਹ ਸਾਰਾ ਕੁਛ ਜਿੱਦਾਂ ਪੋਲੀਟੀਕਲ ਪ੍ਰੋਪੇਗੰਡਾ ਵੀ ਪੁਲਿਸ ਦੇ ਜਿਹੜੀ ਜਮਾਨਤ ਦੀ ਅਰਜ਼ੀ ਦਾ ਵਿਰੋਧ ਕਰੇਗੀ। ਸੋ ਹੋ ਸਕਦਾ ਇੱਕ ਅੱਧੀ ਵਾਰੀ ਜਮਾਨਤ ਉਹਦੀ ਰੱਦ ਵੀ ਹੋ ਗਈ, ਫਿਰ ਹਾਈ ਕੋਰਟ 'ਚ ਜਾਣਾ ਪਵੇ। ਸੋ ਇਸ ਤਰ੍ਹਾਂ ਦੇ ਹਾਲਾਤ ਵੀ ਹੈ ਜਿਹੜੇ ਬਣ ਸਕਦੇ ਆ। ਸਾਨੂੰ ਇੱਕਦਮ ਨੀ ਸਮਝਣਾ ਚਾਹੀਦਾ ਵੀ ਇੱਕਦਮ
ਬਾਕੀ ਨੌਜਵਾਨਾਂ ਦਾ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ ਵੀ ਉਹਨਾਂ ਨੇ ਕੋਈ ਪ੍ਰਭਾਵਿਤ ਕਰਨਾ ਇਲੈਕਸ਼ਨਾਂ 'ਚ ਜਾ ਕੇ ਜਿਹੜੀ ਲੀਡਰਸ਼ਿਪ ਆ ਨੌਜਵਾਨਾਂ ਦੀ ਜਿਸ ਤਰ੍ਹਾਂ ਦੀਪ ਸਿੱਧੂ ਵਰਗੇ ਆ ਕਿਸ ਧਾਣੇ ਵਰਗੇ ਉਹਨਾਂ ਤੇ ਥੋੜਾ ਜਿਹਾ ਜ਼ਿਆਦਾ ਸਕੰਜਾ ਕਸਣਗੇ ਵਾਰ ਵਾਰ ਇਹ ਕਹਿਣਗੇ ਵੀ ਇਹਨਾਂ ਨੇ ਦਹਿਸ਼ਤ ਫੈਲਾਈ ਆ ਇਹ ਉਹ ਸੰਸਨੀ ਫੈਲਾਉਣਗੇ ਨਾ ਅਦਾਲਤ ਵਿੱਚ ਜਾ ਕੇ ਵੀ ਇਹ ਬਹੁਤ ਵੱਡੇ ਇਹਨਾਂ ਦੇ ਇੰਟਰਨੈਸ਼ਨਲ ਕਨੈਕਸ਼ਨ ਆ ਜੀ ਇਹਨਾਂ ਨੂੰ ਬਾਹਰੋਂ ਫੰਡਿੰਗ ਆਉਂਦੀ ਆ ਇਹਨਾਂ ਨੂੰ ਨਾ ਛੱਡਿਆ ਜਾਵੇ ਸੋ ਇਸ ਤਰ੍ਹਾਂ ਦਾ ਪੁਲਿਸ ਬਹੁਤ ਡਰਾਮਾ ਕਰਦੀ ਹੁੰਦੀ ਆ ਉਹ ਕਰਨਗੇ ਤੇ ਹੋ ਸਕਦਾ ਹੇਟਰੀ ਦੇ ਅਦਾਲਤ ਵਿੱਚੋਂ ਜ਼ਮਾਨਤ ਰੱਦ ਹੋਵੇ ਤੇ ਹਾਈ ਕੋਰਟ ਵਿੱਚ ਜਾ ਕੇ ਜਾਂ ਸੁਪਰੀਮ ਕੋਰਟ 'ਚ ਜਾ ਕੇ ਜ਼ਮਾਨਤ ਆਉਣ ਸੋ ਇਸ ਤਰ੍ਹਾਂ ਦੀ ਸੰਭਾਵਨਾ ਹੈ ਭਾਈ ਸਾਹਿਬ ਜੀ ਲੱਖੇ ਸਿਧਾਣੇ ਦਾ ਫੇਸਬੁੱਕ ਪੇਜ ਪਿਛਲੇ ਦਿਨੀ ਬੈਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਪਤਾ ਲੱਗਿਆ ਕਿ ਟਵਿੱਟਰ ਜਾਂ ਫਿਰ ਹੋਰ ਜਿੱਥੇ ਜਿੱਥੇ ਵੀ ਉਹਦੇ ਖਾਤੇ ਸੀ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਤੇ ਇਸ ਤੋਂ ਬਾਅਦ ਇੱਕ ਹੋਰ ਵੱਡਾ ਜਿਹੜੀ ਵੱਡੀ ਗੱਲ ਜਿਹੜੀ ਨਿਕਲ ਕੇ ਬਾਹਰ ਆ ਰਹੀ ਹੈ ਭਈ ਸੋਸ਼ਲ ਮੀਡੀਆ ਦੇ ਉੱਤੇ ਹੁਣ ਕਬਜ਼ਾ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਇੱਕ OTT ਨਾਮ ਦਾ ਕੋਈ ਕਾਨੂੰਨ ਸ਼ਾਇਦ ਹੈ ਜਿਹਨੂੰ ਹੁਣ ਹੋਂਦ ਦੇ ਵਿੱਚ ਲਿਆਂਦਾ ਜਾ ਰਿਹਾ ਹਜੇ ਪਾਸ ਤਾਂ ਨਹੀਂ ਹੋਇਆ ਪਰ ਹੋਣ ਵਾਲੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਕੋਈ ਵੀ ਜਿਹੜੀ ਕੋਈ ਵੀ ਗੱਲਬਾਤ ਸੋਸ਼ਲ ਮੀਡੀਆ ਤੇ ਕਿਸੇ ਵੀ ਪਲੇਟਫਾਰਮ ਦੇ ਉੱਤੇ ਕੀਤੀ ਹੋਈ ਹੈ ਸੋ ਸਰਕਾਰ ਉਹਦੇ ਉੱਤੇ ਐਕਸ਼ਨ ਲੈ ਸਕਦੀ ਹੈ ਉਸ ਬੰਦੇ ਨੂੰ ਗ੍ਰਿਫਤਾਰ ਤੱਕ ਕਰ ਸਕਦੀ ਹੈ ਉੱਤੇ ਜੁਆਬਾਂ ਵੀ ਲਾ ਸਕਦੀ ਹੈ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਨਿਕਲ ਕੇ ਬਾਹਰ ਆ ਰਿਹਾ ਇਹਦੇ ਬਾਰੇ ਕੀ ਕਹੋਗੇ ਨਹੀਂ ਨਹੀਂ ਪਰ ਇੱਕ ਪਾਸਾ ਨਾ ਕਰੋ ਸਾਰਿਆਂ ਤੇ ਹੋਣਾ ਚਾਹੀਦਾ ਹੁਣ ਜਦੋਂ ਇੱਕ ਪਾਸੇ ਇਹ ਆ ਰਿਹਾ ਵੀ ਕਾਨੂੰਨ ਵੱਧ ਰਿਹਾ ਸੋਸ਼ਲ ਮੀਡੀਆ ਤੇ ਇਸੇ ਤਰ੍ਹਾਂ ਜਿਹੜਾ ਨਿਊਜ਼ ਲਾਂਡਰੀ ਇੱਕ ਵੈਬ ਪੋਰਟਲ ਹੈ ਉਹਨੇ ਇੱਕ ਪਿਛਲੇ ਹਫ਼ਤੇ ਖਬਰ ਕੱਢੀ ਆ ਵੀ ਜਿਹੜਾ ਕਪਿਲ ਮਿਸ਼ਰਾ ਨਾ ਮੈਂਬਰ ਆਫ ਪਾਰਲੀਮੈਂਟ ਜੀ ਉਹਨੇ ਇੱਕ ਗਰੁੱਪ ਬਣਾਇਆ ਹੋਇਆ ਕੱਟੜ ਹਿੰਦੂ ਉਹ ਵਟਸਐਪ ਗਰੁੱਪ ਆ ਉਹਦੇ ਵਿੱਚ 20,000 ਤੋਂ ਜ਼ਿਆਦਾ ਨੌਜਵਾਨ ਜਿਹੜੇ ਹਿੰਦੂ ਨੌਜਵਾਨ ਆ ਉਹ ਜੁੜੇ ਹੋਏ ਆ ਉੱਥੇ ਆਪਣਾ 20,000 ਲੋਕਾਂ ਨੂੰ ਦੰਗੇ ਕਰਨ ਦੀ ਲੜਾਈਆਂ ਕਰਨ ਦੀ ਤੇ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਦਹਿਸ਼ਤ ਪਾ ਕੇ ਆ ਕਤਲੋਗਾਤ ਕਰਨ ਦੀ ਜਿਹੜੀ ਗੱਲਬਾਤ ਚੱਲਦੀ ਆ ਤੇ ਉਹ ਜਿਹੜੇ ਉਸ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਫਿਰ ਜਦੋਂ ਇਹ ਇਸ ਤਰ੍ਹਾਂ ਦਾ ਇੰਨਾ ਖਤਰਨਾਕ ਗਰੁੱਪ ਜਿਹਦਾ 20,000 ਮੈਂਬਰ ਆ ਤੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਜਿਹੜੇ ਛਿਟਪੁੱਟ ਸਿੱਖ ਨੌਜਵਾਨ ਨੇ ਜਾਂ ਕੋਈ ਹੋਰ ਨੇ ਉਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਇਹ ਕੰਮ ਜਾ ਰਹੇ ਨੇ ਸੋ 20,000 ਮੈਂਬਰਾਂ ਵਾਲਾ ਮੈਂਬਰ ਆਫ ਪਾਰਲੀਮੈਂਟ ਬੀਜੇਪੀ ਦਾ ਉਹ ਉਸ ਦਹਿਸ਼ਤ ਵਾਲੇ ਇੱਕ ਕ੍ਰਿਮੀਨਲ ਗੈਂਗ ਦਾ ਮੈਂਬਰ ਆ ਤੇ ਉਹ ਮੈਂਬਰ ਆਫ ਪਾਰਲੀਮੈਂਟ ਵੀ ਬਣਿਆ ਹੋਇਆ ਕਾਨੂੰਨ ਦਾ ਰਾਖਾ ਵੀ ਆ ਤੇ ਸਰਕਾਰ ਉਹਨੂੰ ਕੋਈ ਫੜ ਵੀ ਨਹੀਂ ਰਹੀ ਸੋ ਇਹ ਡਬਲ ਸਟੈਂਡਰਡਸ ਆਫ ਜਸਟਿਸ ਆ ਵੀ ਸਿੱਖਾਂ ਨੂੰ ਜਾਂ ਹੋਰ ਘੱਟ ਗਿਣਤੀਆਂ ਨੂੰ ਦਲਿਤਾਂ ਨੂੰ ਤੇ ਹੋਰਾਂ ਨੂੰ ਫੜ ਲਓ ਤੇ ਜਿਹੜੇ ਸਾਡੇ ਆਪਣੇ ਦਹਿਸ਼ਤ ਫੈਲਾ ਰਹੇ ਆ ਉਹਨਾਂ ਨੂੰ ਨਾ ਫੜਿਆ ਜਾਵੇ ਸੋ ਇਹ ਕਾਨੂੰਨ ਦਾ ਜਿਹੜਾ ਸਿੱਧਾ ਡੰਡਾ ਹੈਗਾ ਉਹ ਸਿੱਖਾਂ ਤੇ ਜਾਂ ਹੋਰ ਘੱਟ ਗਿਣਤੀਆਂ ਤੇ ਜਾਂ ਜਿਹੜਾ ਜਿਹੜਾ ਸਰਕਾਰ ਦੀ ਜਿਹੜੀਆਂ ਨੀਤੀਆਂ ਦੀ ਵਿਰੋਧਤਾ ਕਰਦੇ ਆ ਲੋਕ ਉਹਨਾਂ ਤੇ ਡੰਡਾ ਚੱਲੇਗਾ ਬਾਕੀਆਂ ਤੇ ਨਹੀਂ ਚੱਲੇਗਾ ਜਿਹੜੇ ਸਰਕਾਰ ਦੇ ਆਪਣੇ ਨਾਲ ਜੁੜੇ ਹੋਏ ਲੋਕ ਦਹਿਸ਼ਤ ਫੈਲਾ ਰਹੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ ਭਾਈ ਅਵਤਾਰ ਸਿੰਘ ਜੀ ਇੱਕ ਹੋਰ ਵੱਡੀ ਜਿਹੜੀ ਚਰਚਾ ਹੈ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਕਹਿ ਲਈਏ ਵੀ ਸਰਗਰਮ ਹੈ ਕਿ 13 ਘਰਾਣੇ ਵਰਲਡ ਲੈਵਲ ਦੇ ਉੱਤੇ ਜਿਹੜੇ ਬੈਠੇ ਹੋਏ ਨੇ ਜਿਹੜੇ ਦੁਨੀਆ ਦੇ ਉੱਤੇ ਰਾਜ ਕਰ ਰਹੇ ਆ ਜਿਨ੍ਹਾਂ ਨੇ ਅੱਗੋਂ ਵਰਲਡ ਬੈਂਕ ਦੀ ਸਥਾਪਨਾ ਕੀਤੀ ਹੈ UNO ਦੀ ਸਥਾਪਨਾ ਕੀਤੀ ਹੈ ਤੇ ਕਿਤੇ ਨਾ ਕਿਤੇ ਆ ਖੇਤੀ ਕਾਨੂੰਨਾਂ ਵਾਲਾ ਮਸਲਾ ਉੱਥੇ ਜੋੜਿਆ ਜਾ ਰਿਹਾ ਵੀ ਇਹ ਛੋਟੀ ਮੋਟੀ ਗੱਲ ਨਹੀਂ ਨਿਊ ਵਰਲਡ ਆਰਡਰ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਕੋਰੋਨਾ ਨਾਮ ਦੀ ਜਿਹੜੀ ਬਿਮਾਰੀ ਹੈ ਉਹ ਵੀ ਦੱਸਿਆ ਜਾਂਦਾ ਵੀ ਉਹਦੇ ਹਿੱਸਾ ਇੱਕ ਜਿਹੜਾ ਇਹ ਫੈਲਾਇਆ ਗਿਆ ਤੇ ਖੇਤੀ ਬਿੱਲ ਯਾਨੀ ਕਿ ਉੱਤੋਂ ਆਰਡਰ ਹੋਏ ਨੇ ਕਿ ਆਹ ਚੀਜ਼ਾਂ ਜਿਹੜੀਆਂ 3 ਕਾਨੂੰਨ ਤੁਸੀਂ ਬਣਾਉਣੇ ਬਣਾਉਣੇ ਇਸ ਕਰਕੇ ਮੋਦੀ ਸਰਕਾਰ ਕਿਉਂਕਿ ਵਰਲਡ ਬੈਂਕ ਦੇ ਕੋਲੋਂ ਪੈਸਾ ਲੈਂਦੀ ਹੈ ਜਾਂ ਉਹ ਜਿਵੇਂ ਵੀ ਕਹਿ ਲਈਏ ਆਪਾਂ ਸਰਕਾਰਾਂ ਉਹਨਾਂ ਦੇ ਨਾਲ ਮਿਲੀਆਂ ਹੋਈਆਂ ਸੋ ਕਿਤੇ ਨਾ ਕਿਤੇ ਉਹਦਾ ਹਿੱਸਾ ਦੱਸਿਆ ਜਾ ਰਿਹਾ ਇਹਦੇ ਬਾਰੇ ਤੁਹਾਡੀ ਕੀ ਵਿਚਾਰ ਹਾਂਜੀ ਹਾਂਜੀ ਜਿਹੜਾ ਵਰਲਡ ਬੈਂਕ ਐਂਡ IMF ਇਹਨੂੰ ਤਾਂ ਸਾਰਾ ਜਿਹੜਾ ਆਪਰੇਟ ਹੀ ਇਨਡਾਇਰੈਕਟਲੀ ਕਾਰਪੋਰੇਟ ਸੈਕਟਰ ਕਰਦਾ ਸੋ ਜੇ ਜਿਸ ਤਰ੍ਹਾਂ ਤੁਸੀਂ ਕਿਹਾ 13 ਵੱਡੇ ਘਰਾਣੇ ਜਿਹੜੇ ਉਹ ਆਪਰੇਟ ਕਰਦੇ ਆ ਸੋ ਉਹਨਾਂ ਦੇ ਹਿੱਤ ਵਿੱਚ ਨੀਤੀਆਂ ਬਣਾਈਆਂ ਜਾਂਦੀਆਂ ਸੋ ਉਹ ਸਾਰਾ ਹੈਗਾ ਵੀ ਜਿਹੜਾ ਦੁਨੀਆ ਦਾ ਜਿਹੜਾ ਸਮੁੱਚਾ ਪੈਸਾ ਉਹ ਕੁਝ ਲੋਕਾਂ ਦੇ ਹੱਥਾਂ ਵਿੱਚ ਜਿਹੜਾ ਦੇਣ ਦੀਆਂ ਤਿਆਰੀਆਂ ਨੇ ਹੁਣ ਵੀ ਦੱਸਿਆ ਜਾਂਦਾ ਵੀ 10-15 ਘਰਾਣਿਆਂ ਦੇ ਹੱਥਾਂ ਵਿੱਚ ਦੁਨੀਆ ਦੀ 50% ਜਿਹੜਾ ਪੈਸਾ ਉਹ 10-15 ਘਰਾਣਿਆਂ ਕੋਲ ਚਲਿਆ ਗਿਆ ਬਾਕੀ ਦੁਨੀਆ ਜਿਹੜੀ ਬਾਕੀ 50% ਨਾਲ ਸਾਰੀ ਦੁਨੀਆ ਦਾ ਆਪਣਾ ਕਾਰ ਵਿਹਾਰ ਚਲਾ ਰਹੀ ਹੈਗੀ ਆ ਉਹ ਇਹ ਵੱਡੇ ਕਾਰਪੋਰੇਟ ਘਰਾਣੇ ਜਿੱਥੇ ਕਿਤੇ ਵੀ ਉਹਨਾਂ ਨੂੰ ਲੱਗਦਾ ਵੀ ਪੈਸਾ ਬਣ ਸਕਦਾ ਉਹ ਲਗਾਤਾਰ ਇਸ ਤਰ੍ਹਾਂ ਦੀਆਂ ਨੀਤੀਆਂ ਸਰਕਾਰਾਂ ਤੇ ਦਬਾਅ ਪਾ ਕੇ ਨੀਤੀਆਂ ਬਣਾਉਂਦੇ ਨੇ ਸਰਕਾਰਾਂ ਨੂੰ ਰਿਸ਼ਵਤ ਵੀ ਦਿੰਦੇ ਨੇ ਤੇ ਜਿਹੜਾ ਵਰਲਡ ਬੈਂਕ ਦਾ ਕਰਜ਼ਾ ਉਹ ਵੀ ਇੱਕ ਤਰ੍ਹਾਂ ਨਾਲ ਰਿਸ਼ਵਤ ਹੀ ਹੈ ਨਾ ਵੀ ਤੁਸੀਂ ਸਾਡੇ ਕਹਿਣ ਤੇ ਜਿਹੜੀਆਂ ਕਾਨੂੰਨ ਬਣਾਓ ਤੇ ਫਿਰ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਬਲੈਕਮੇਲਿੰਗ ਆ ਨਾ ਬਲੈਕਮੇਲਿੰਗ ਨਹੀਂ ਹੋਣੀ ਚਾਹੀਦੀ ਈਵਨ ਭਾਰਤ ਨੂੰ ਚਾਹੀਦਾ ਸੀ ਵੀ ਇੰਨਾ ਵੱਡਾ ਅਨਾਜ ਦਾ ਉੱਥੇ ਪੈਦਾਵਾਰ ਹੁੰਦਾ ਉੱਥੇ ਕਿਸਾਨਾਂ ਨੂੰ ਨਾਲ ਲੈ ਕੇ ਉਹ ਇਸ ਤਰ੍ਹਾਂ ਦੀ ਐਗਰੋ ਇੰਡਸਟਰੀ ਤੇ ਕਾਰਪੋਰੇਟ ਇੰਡਸਟਰੀ ਬਣਾਉਂਦੇ ਤੇ ਪੂਰੀ ਦੁਨੀਆ ਨੂੰ ਜਿਸ ਤਰ੍ਹਾਂ ਜਿਹੜਾ ਅਨਾਜ ਆ ਐਕਸਪੋਰਟ ਕਰਿਆ ਜਾ ਸਕਦਾ ਉਹਦੇ ਨਾਲ ਕਿਸਾਨ ਵੀ ਖੁਸ਼ਹਾਲ ਹੁੰਦਾ ਤੇ ਜਿਹੜੇ ਵਪਾਰੀ ਉਹ ਵੀ ਖੁਸ਼ਹਾਲ ਹੁੰਦੇ ਹੁਣ ਸਿਰਫ ਇਹ ਹੈਗਾ ਵੀ ਇਕੱਲਾ ਵਪਾਰੀ ਨੂੰ ਇੰਨਾ ਫਾਇਦਾ ਦੇ ਦਿਓ ਭਾਵੇਂ ਕਿਸਾਨ ਦੀ ਮੌਤ ਹੋ ਜਾਵੇ ਉਹ ਕੋਈ ਵੱਡੀ ਗੱਲ ਨਹੀਂ
ਹੁਣ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਸੋਚਣਾ ਪਏਗਾ ਲੋਕਾਂ ਨੂੰ ਇਸ ਬਾਰੇ ਵੀ ਕਿ ਕਿੱਥੋਂ ਆਰਡਰ ਜਿਹੜੇ ਨੇ ਕਿੱਥੋਂ ਹੁਕਮ ਹੋ ਰਹੇ ਆ ਮੋਦੀ ਸਰਕਾਰ ਹੀ ਪਿੱਛੇ ਜਾਂ ਫਿਰ ਹੋਰ ਵੀ ਲੋਕ ਇਹਦੇ ਪਿੱਛੇ ਹੈਗੇ ਆ ਸੋ ਹੁਣ ਜੇ ਆਪਾਂ ਅਖੀਰ ਦੇ ਵਿੱਚ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਸੱਜਣ ਮਿੱਤਰ ਇਹਨੂੰ ਦੇਖਣਗੇ ਇਹ ਕਿਸਾਨ ਆਗੂਆਂ ਤੱਕ ਵੀ ਇਹ ਪ੍ਰੋਗਰਾਮ ਜਾਏਗਾ ਨੌਜਵਾਨੀ ਤੱਕ ਵੀ ਜਾਏਗਾ ਜਿਹੜੇ ਨੌਜਵਾਨਾਂ ਦੇ ਆਗੂ ਨੇ ਸੋ ਇਸ ਮੋਰਚੇ ਦੀ ਆਪਾਂ ਜੇ ਇਹ ਸ਼ਬਦ ਬੋਲੀਏ ਕਿ ਡਾਊਨਫਾਲ ਆ ਗਿਆ ਇਹਨੂੰ ਆਪਾਂ ਸੰਕੋਚ ਲੈਂਦੇ ਹਾਂ ਆਪਾਂ ਕਹਿੰਦੇ ਹਾਂ ਕਿ ਸਟਿਲ ਉੱਥੇ ਖੜਾ ਹੋਇਆ ਪਰ ਪਹਿਲੇ ਵਰਗੀ ਗੱਲ ਨਹੀਂ ਹੈਗੀ ਸੋ ਸਰਕਾਰ ਵੀ ਹੁਣ ਭਾਰਤ ਦੇ ਪੈਣ ਲੱਗ ਪਈ ਹੈ ਤੇ ਉਹਨਾਂ ਦਾ ਕੋਈ ਵੀ ਇਰਾਦਾ ਨਹੀਂ ਲੱਗਦਾ ਸੋ ਹੁਣ ਤੁਸੀਂ ਕਿਸਾਨ ਆਗੂਆਂ ਨੂੰ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜੇ ਮੋਰਚਾ ਸੁਹਿਰਦਤਾ ਦੇ ਨਾਲ ਅੱਗੇ ਲਿਜਾਣਾ ਹੈ ਜਿੱਤਣਾ ਹੈ ਮੋਰਚਾ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ ਉਹਦੇ ਬਾਰੇ ਵੀ ਆਪਾਂ ਜਿਹੜਾ ਹੈਗਾ ਇੱਕ ਗੱਲਬਾਤ ਕਰੀਏ ਤਾਂ ਕਿ ਮੋਰਚਾ ਜਿਹੜਾ ਹੈ ਉਹਨੂੰ ਜਿੱਤਿਆ ਜਾ ਸਕੇ ਹਾਂਜੀ ਜਿਹੜਾ ਸਾਡਾ ਵੱਡਾ ਸੰਦੇਸ਼ ਤਾਂ ਜਿਹੜਾ ਮੁੱਖਤਾ ਅਸੀਂ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਹਾਂ ਕਿਉਂਕਿ ਸਾਡਾ ਜਿਹੜਾ ਮੇਨ ਕੰਸਰਨ ਹੈਗਾ ਉਹ ਸਿੱਖ ਨੌਜਵਾਨ ਤੇ ਪੰਜਾਬ ਦੇ ਨੌਜਵਾਨ ਨੇ ਸਾਨੂੰ ਉਮੀਦ ਵੀ ਨੌਜਵਾਨਾਂ ਤੋਂ ਹੀ ਹੈ ਹਨਾ ਠੀਕ ਹੈ ਇਸ ਕਿਸਮ ਦੀ ਜਾਗਰਤੀ ਉਹਨਾਂ ਵਿੱਚ ਆਈ ਆ ਉਹ ਇੱਕ ਉਮੀਦ ਦੀ ਕਿਰਨ ਲੈ ਕੇ ਆਈ ਹੈ ਚੰਗਾ ਸੋਚਣ ਵਾਲੇ ਪੰਜਾਬੀਆਂ ਲਈ ਸੋ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਆ ਵੀ ਬੜੇ ਡਿਸਿਪਲਨ ਵਿੱਚ ਰਹਿਣ ਇੱਕ ਤਾਂ ਹਨਾ ਡਿਸਿਪਲਨ ਚ ਰਹਿਣ ਪਰ ਆਪਣੇ ਸਿੱਖੀ ਦਾ ਜਿਹੜਾ ਇਤਿਹਾਸ ਹੈ ਖਾਲਸਾ ਪੰਥ ਦਾ ਉਹ ਤੋਂ ਮੁੱਖ ਨਾ ਮੋੜਨ ਉਹਦੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਡੈਫੀਨੇਸ਼ਨਸ ਨੇ ਉਹ ਇਤਿਹਾਸ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਉਹਦੇ ਆਧਾਰ ਤੇ ਸਾਡੇ ਜਰਨੈਲਾਂ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਸਾਡੇ ਗੁਰੂਆਂ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਸੋ ਉਸ ਸਿੱਖ ਇਤਿਹਾਸ ਦੇ ਚੌਖਟੇ ਵਿੱਚ ਰਹਿ ਕੇ ਉਹ ਕਾਰਵਾਈਆਂ ਕਰਨ ਆਪਣੀ ਚੇਤਨਤਾ ਨੂੰ ਤਿੱਖੀ ਕਰਨ ਰਾਜਨੀਤਿਕ ਤੌਰ ਤੇ ਪੰਜਾਬ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੇ ਜਿਸ ਤਰ੍ਹਾਂ ਯੋਗ ਹੋਣ ਸੋ ਜਿਹੜਾ ਇਹ 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 ਸਿਸਟਮ ਚੱਲ ਰਿਹਾ ਹੈ ਵੀ ਕਦੇ ਅਕਾਲੀ ਆ ਗਏ ਤੇ ਕਦੇ ਕਾਂਗਰਸ ਹੀ ਆ ਗਏ ਸਾਨੂੰ ਇਹ ਸਾਰਾ ਸਿਸਟਮ ਖਤਮ ਕਰਨਾ ਪਊਗਾ ਔਰ ਇਸ ਸਿਸਟਮ ਨਾਲ ਜੇ ਤੋੜ ਸਕਦੇ ਆ ਭੰਨ ਸਕਦੇ ਆ ਤਾਂ ਉਹ ਨੌਜਵਾਨ ਹੀ ਭੰਨ ਸਕਦੇ ਆ ਸੋ ਅਸੀਂ ਪੰਜਾਬ ਦੇ ਹਰ ਜਾਗਰਿਤ ਨੌਜਵਾਨ ਨੂੰ ਇਹ ਬੇਨਤੀ ਕਰਨੀ ਚਾਹਾਂਗੇ ਕਿ ਉਹ ਆਪਣੀ ਜ਼ਿੰਮੇਵਾਰੀ ਪਹਿਚਾਨਣ ਤੇ ਪੰਜਾਬ ਵਿੱਚ ਕੋਈ ਚੰਗਾ ਬਦਲ ਜਾਂ ਚੰਗੀ ਜਿਹੜੀ ਸੱਚੇ ਸੁੱਚੇ ਤੇ ਇਮਾਨਦਾਰ ਲੋਕਾਂ ਦੀ ਟੀਮ ਹੈ ਉਹਨੂੰ ਸਾਹਮਣੇ ਲੈ ਕੇ ਆਉਣ ਸੋ ਕਿਸਾਨੀ ਲੀਡਰਸ਼ਿਪ ਨੂੰ ਅਸੀਂ ਇਹ ਸੰਦੇਸ਼ ਦੇਵਾਂਗੇ ਕਿ ਉਹਨਾਂ ਨੇ ਜਾਣੇ ਜਾਂ ਅਣਜਾਣੇ ਵਿੱਚ ਵੱਡੀਆਂ ਗਲਤੀਆਂ ਕਰ ਲਈਆਂ ਨੇ ਪਰ ਹਾਲੇ ਵੀ ਉਹਨਾਂ ਦਾ ਦੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਜੇ ਉਹ ਨੌਜਵਾਨਾਂ ਨੂੰ ਆਪਣੇ ਹਿੱਕ ਨਾਲ ਲਾ ਲੈਣ ਤੇ ਉਹ ਜਿਸ ਤਰ੍ਹਾਂ ਨੌਜਵਾਨਾਂ ਨੇ ਪਹਿਰੇਦਾਰੀ ਕਰੀ ਆ ਮੋਰਚੇ ਦੀ ਦੁਬਾਰੇ ਉਹਨਾਂ ਨੂੰ ਪਹਿਰੇਦਾਰੀ ਦਿਆ ਜੇ ਉਹ ਜਿਹੜੀ ਜ਼ਿੰਮੇਵਾਰੀ ਦੇ ਦੇਣ ਤਾਂ ਮੋਰਚੇ ਵਿੱਚ ਮੁੜ ਤੋਂ ਰੌਣਕਾਂ ਵੱਧ ਸਕਦੀਆਂ ਤੇ ਸਰਕਾਰ ਨੂੰ ਗੋਡਿਆਂ ਪਰਨੇ ਕਰਨ ਲਈ ਇੱਕ ਵਾਰ ਫਿਰ ਥੰਬਾ ਮਾਰਿਆ ਜਾ ਸਕਦਾ ਸੋ ਦੋਹਾਂ ਧਿਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੋਈ ਹੈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੇ ਨਾਲ ਜੁੜੇ ਹੋ ਬੜੀਆਂ ਕੀਮਤੀ ਵਿਚਾਰਾਂ ਜਿਹੜੀਆਂ ਨੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਸੋ ਦਰਸ਼ਕੋ ਤੁਸੀਂ ਸੁਣਿਆ ਪੱਤਰਕਾਰ ਅਤੌਰ ਸਿੰਘ ਹੋਰਾਂ ਦੇ ਕੋਲੋਂ ਬਹੁਤ ਆਪਾਂ ਕਹਿ ਸਕਦੇ ਵੀ ਇਸ ਵੇਲੇ ਦੇ ਜਿਹੜੇ ਮੌਕੇ ਦੇ ਹਾਲਾਤ ਦੱਸੇ ਨੇ ਕਿਵੇਂ ਮੋਰਚਾ ਅੱਗੇ ਜਾਏਗਾ ਇਹ ਸੋਚਣਾ ਪਏਗਾ ਸਾਨੂੰ ਆਪਣੇ ਜੋ ਈਰਖਾ ਕੱਢ ਕੇ ਇੱਕ ਦੂਸਰੇ ਦੇ ਨਾਲ ਜਿਹੜਾ ਵੈਰ ਵਿਰੋਧ ਹੈ ਉਹਨੂੰ ਕੱਢ ਕੇ ਸੰਯੁਕਤ ਮੋਰਚੇ ਦੀ ਵੱਡੀ ਸਟੇਜ ਹੈ ਨਾ ਬੋਲਿਆ ਜਾਵੇ ਕਿਸੇ ਨੂੰ ਉੱਥੇ ਕੋਈ ਇਸ ਤਰ੍ਹਾਂ ਦੇ ਜਿਹੜੇ ਗਲਤ ਬਿਆਨ ਨਾ ਦਿੱਤੇ ਜਾਣ ਨੌਜਵਾਨੀ ਨੂੰ ਵੀ ਭਾਈ ਅਤੌਰ ਸਿੰਘ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਇੱਕ ਮੈਸੇਜ ਦਿੱਤਾ ਹੈ ਸੋ ਆਸ ਕਰਦੇ ਹਾਂ ਇਸ ਮੈਸੇਜ ਨੂੰ ਤੁਸੀਂ ਘਰ ਘਰ ਤੱਕ ਪਹੁੰਚਾਓਗੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ YouTube ਦੇ ਉੱਤੇ ਜਾ ਕੇ ਸਾਡਾ ਚੈਨਲ ਜਿਹੜਾ ਹੈ ਉਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ Facebook ਦੇ ਉੱਤੇ ਸਾਨੂੰ ਲਾਈਕ ਕਰ ਦਿਓ ਜਿੱਥੇ ਜਿੱਥੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਵਸਦੇ ਨੇ ਉਹਨਾਂ ਨੂੰ ਕਹੋ ਕਿ ਇਹ ਪ੍ਰੋਗਰਾਮ ਜਿਹੜਾ ਹੈ ਨੂੰ ਦੇਖੋ ਅਤੇ ਸਾਂਝਾ ਕਰੋ ਪ੍ਰਤਾਪ ਸਿੰਘ ਜੀ ਫਤਿਹ ਦੀ ਸਾਂਝ ਪਾਈਏ ਤੇ ਸਮਾਪਤੀ ਕਰੀਏ ਜੀ ਫੇਸਬੁੱਕ ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ